ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਈ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਗੁਰੂ ਕਾਲਜ ਵੱਲੋਂ। ਇਸ ਵਕਤ ਸਾਡੇ ਜੋ ਚੇਅਰਮੈਨ ਸਾਹਿਬ ਨੇ ਉਹ ਨਹੀਂ ਅੱਜ ਆ ਪਾਏ ਕਿਉਂਕਿ ਕੱਲ੍ਹ ਸ਼ਾਮ ਵੇਲੇ ਉਹਨਾਂ ਦੇ ਬ੍ਰਦਰ ਐਕਸਪਾਇਰ ਹੋ ਗਏ ਸੀ ਅਚਨਚੇਤ ਇਸ ਦੁਰਘਟਨਾ ਦੀ ਵਜ੍ਹਾ ਨਾਲ ਇੱਥੇ ਨਹੀਂ ਹਾਜ਼ਰੀ ਪਾ ਪਾ ਰਹੇ। ਮੈਂ ਉਹਨਾਂ ਵੱਲੋਂ ਵੀ ਆਪ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹਾਂਗਾ ਪਹਿਲੇ ਤੋਂ ਕਿ ਆਪ ਜੀ ਨੇ ਸਮੇਂ ਸਿਰ ਆ ਕੇ, ਹਾਲਾਂਕਿ ਕੁਛ ਸੰਗਤ ਨੇ ਇਸ ਗੱਲ ਦਾ ਰਿਹਾ ਕਿ ਕੱਲ੍ਹ ਪੋਸਟਰ ਵਗੈਰਾ ਨਹੀਂ ਆ ਪਾਏ ਸਮੇਂ ਸਿਰ, ਮੈਂ ਉਸਦੇ ਵਾਸਤੇ ਵੀ ਮਾਫ਼ੀ ਮੰਗਦਾ। ਆਪ ਜੀ ਨੂੰ ਜੋ ਇਨਫੋਰਮੇਸ਼ਨ ਸੀ ਇੱਕ ਮੈਸੇਜ ਦੇ ਰਾਹੀਂ ਦੇ ਦਿੱਤੀ ਜਾਏਗੀ, ਔਰ ਆਪ ਜੀ ਨੂੰ ਇੱਕ ਰਿਕੁਐਸਟ ਹੈ ਕਿ ਮੈਂ ਪੁਨੀਤ ਪਾਲਵੀ ਜੀ ਦਾ ਨੰਬਰ ਆਪ ਜੀ ਨੂੰ ਸਮਾਪਤੀ ਵੇਲੇ ਦੱਸ ਦਾਂਗਾ, ਤਾਂ ਪਲੀਜ਼ ਉਹ ਨੰਬਰ ਸਾਰੇ ਆਪ ਜੀ ਸੇਵ ਕਰ ਲਓ, ਤਦ ਤੁਹਾਨੂੰ ਇੱਕ ਪਰਸਨਲ ਇਨਫੋਰਮੇਸ਼ਨ ਵੀ ਪੁਨੀਤ ਪਾਲਵੀ ਜੀ ਦੇ ਨੰਬਰ ਤੋਂ ਹਰ ਵਾਰ ਆ ਜਾਇਆ ਕਰੇ, ਕਿਉਂਕਿ ਜਿਨ੍ਹਾਂ ਕੋਲ ਉਹ ਨੰਬਰ ਸੇਵ ਨਹੀਂ ਹੋਏਗਾ ਤਾਂ ਉਹ ਮੈਸੇਜ ਪਹੁੰਚ ਨਹੀਂ ਪਾਏਗਾ। ਮੈਂ ਇੱਕ ਮਿੰਟ ਉਹਨਾਂ ਦਾ ਨੰਬਰ ਵੀ ਦੇਣਾ ਚਾਹੀਦਾ। ਨੰਬਰ ਹੈਗਾ ਜੀ, ਸਾਰੇ ਨੋਟ ਕਰ ਲਓ, 9650555 7379। ਆਈ ਰਿਪੀਟ ਦਾ ਨੰਬਰ, ਇਟਸ 9650555 7379। ਇਸ ਮੈਸੇਜ ਤੋਂ ਤੁਹਾਨੂੰ ਇੰਡੀਵਿਜੁਅਲ ਵੀ ਮੈਸੇਜ ਆ ਜਾਇਆ ਕਰੇਗਾ ਕਿ ਬਾਈ ਚਾਂਸ ਕੋਈ ਗਰੁੱਪ ਦਾ ਮੈਸੇਜ ਤੁਹਾਡੇ ਕੋਲ ਮਿਸ ਹੋ ਜਾਂਦਾ ਹੈ, ਤੁਹਾਡੇ ਕੋਲ ਪਰਸਨਲ ਮੈਸੇਜ ਵੀ ਆਇਆ ਹੋਵੇਗਾ। ਆਪ ਸਾਰੀ ਸੰਗਤ ਜਿਵੇਂ ਕਿ ਜਾਣਦੇ ਹੋ, ਸ਼ਨੀਵਾਰ ਤੇ ਇਤਵਾਰ ਦੇ ਦੋ ਦਿਨ ਅਸੀਂ ਗੁਰਮਤਿ ਦੇ ਨਾਲ ਸਾਂਝ ਪਾਉਣ ਦਾ ਇੱਕ ਨਵੇਕਲਾ ਉਪਰਾਲਾ ਇੱਥੇ ਸ਼ੁਰੂ ਹੋਇਆ ਹੋਇਆ, ਅਤੇ ਅੱਜ ਦੀ ਜਿਹੜੀ ਸੇਵਾ ਹੈ ਉਹ ਜੋ ਇੱਥੇ ਸੰਚਾਲਕ ਰਹਿੰਦੇ ਨੇ ਸਰਦਾਰ ਹਰਪਾਲ ਸਿੰਘ ਜੀ ਸਾਡੇ ਵਿੱਚ ਬੈਠੇ ਨੇ, ਮੇਰੇ ਵੱਡੇ ਵੀ, ਅਤੇ ਅੱਜ ਦਾ ਲੈਕਚਰ ਉਹਨਾਂ ਨੇ ਲੈਣਾ, ਇਸ ਲਈ ਉਹਨਾਂ ਦੀ ਡਿਊਟੀ ਅੱਜ ਮੈਂ ਸੰਭਾਲ ਰਿਹਾ। ਇਸ ਵਜ੍ਹਾ ਨਾਲ ਮੈਂ ਥੋੜ੍ਹਾ ਜਿਹਾ ਬਰੀਫ ਇੰਟਰੋਡਕਸ਼ਨ ਵੀਰ ਜੀ ਬਾਰੇ ਦੇਣਾ ਚਾਹਾਂਗਾ। 2006 ਤੋਂ ਜਿਸ ਦਿਨ ਇਹ ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਕੋਰਸ ਔਰ ਇਹ ਗੁਰਮਤਿ ਕਾਲਜ ਦੀ ਆਰੰਭਤਾ ਹੋਈ, ਵੀਰ ਜੀ ਤਦ ਤੋਂ ਹੀ ਇਸ ਸੰਸਥਾ ਦੇ ਨਾਲ ਜੁੜੇ ਹੋਏ ਨੇ, ਔਰ ਜਿਵੇਂ ਜਿਵੇਂ ਇਹਦੇ ਪੜਾਵ ਅੱਗੇ ਵਧਦੇ ਗਏ ਨੇ ਵੀਰ ਜੀ ਨਾਲ ਜੁੜ ਕੇ ਹੀ ਨਾਲ ਚੱਲਦੇ ਰਹੇ ਨੇ। ਇਸ ਤੋਂ ਇਲਾਵਾ ਜੰਨਾ ਬਾਗ ਦੇ ਵਿੱਚ ਅਗਰ ਅਸੀਂ ਦੇਖੀਏ, ਗੁਰਬਾਣੀ ਪ੍ਰਚਾਰ ਸੁਸਾਇਟੀ ਵੱਲੋਂ ਪਿਛਲੇ 18-19 ਸਾਲਾਂ ਤੋਂ ਇੱਕ ਬੱਚਿਆਂ ਦਾ ਕੈਂਪ ਲਗਾਇਆ ਜਾਂਦਾ ਜਿਹਦੇ 700 ਤੋਂ 800 ਬੱਚੇ ਪਾਰਟੀਸਪੇਟ ਕਰਦੇ ਨੇ, ਵੀਰ ਜੀ ਉਹਦੀ ਵੀ ਅਧਿਕਸ਼ਤਾ ਕਰਦੇ ਨੇ ਔਰ ਲੀਡ ਕਰਕੇ ਸਾਡੇ ਜੈਸੇ ਵੀਰਾਂ ਨੂੰ ਨਾਲ ਜੋੜਿਆ ਹੋਇਆ, ਔਰ ਉੱਥੇ ਬੱਚਿਆਂ ਨੂੰ ਸੇਧ ਦਿੰਦੇ ਨੇ। ਅਤੇ ਅੱਜ ਅਗਰ ਜਮਨਾਬਾਦ ਦੇ ਵਿੱਚ ਬੱਚਿਆਂ ਨੂੰ ਸਿੱਖੀ ਦੇ ਬੇਸਿਕਸ ਯਾਦ ਨੇ, ਉਹਦੇ ਵਿੱਚ ਬਹੁਤ ਵੱਡਾ ਰੋਲ ਵੀਰ ਜੀ ਦਾ ਹੈਗਾ ਵੇ। ਅੱਜ ਦਾ ਵੀਰ ਜੀ ਦਾ ਜੋ ਟੌਪਿਕ ਹੈ ਉਹ ਸੇਵਾ ਹੈ। ਅਸੀਂ ਸਭ ਜਾਣਦੇ ਹਾਂ ਸਿੱਖੀ ਦਾ ਪ੍ਰਾਰੂਪ ਜੋ ਟਿਕਿਆ ਹੋਇਆ, ਜੋ ਸਤੰਭ ਕਹੀਏ, ਉਹ ਸਤੰਭ ਸਭ ਤੋਂ ਵੱਡਾ ਸਤੰਭ ਜਿਹੜਾ ਹੈ ਇੱਕ ਸਿਮਰਨ ਦਾ ਹੈ, ਔਰ ਦੂਸਰਾ ਸਤੰਭ ਸੇਵਾ ਦਾ ਹੈ। ਸੇਵਾ ਨੂੰ ਅਗਰ ਮੈਂ ਬਰੀਫ ਡਿਸਕ੍ਰਾਈਬ ਕਰਨਾ ਚਾਹਾਂ ਤਾਂ ਸੇਵਾ ਸੈਲਫਲੈਸ ਸਰਵਿਸ ਦਾ ਨਾਮ ਹੈ। ਇੱਕ ਐਸੀ ਐਕਟੀਵਿਟੀ ਜੋ ਸੈਲਫਲੈਸ ਹੋਏ, ਅਤੇ ਮੈਂ ਟੌਪਿਕ ਨੂੰ ਮੈਂ ਸ਼ਾਇਦ ਸੂਰਜ ਨੂੰ ਦੀਆ ਨਹੀਂ ਦਿਖਾਉਣਾ ਚਾਹਾਂ ਕਿਉਂਕਿ ਟੌਪਿਕ ਵੀਰ ਜੀ ਨੇ ਲੈਣਾ ਹੈ। ਮੈਂ ਚਾਹਾਂਗਾ ਵੀਰ ਜੀ ਸਾਡੇ ਕੋਲ ਆਉਣ, ਕਿਉਂਕਿ ਇਹਨਾਂ ਕੋਲ ਜਿਹੜਾ ਮੈਂ ਸਿੱਖਿਆ ਨਾ ਉਹੀ ਸ਼ਬਦ ਹੀ ਬੋਲਾਂਗਾ, ਅਤੇ ਮੈਂ ਚਾਹਾਂਗਾ ਇਹ ਟੌਪਿਕ ਵੀਰ ਜੀ ਹੀ ਕਵਰ ਕਰਨ। ਸਰਦਾਰ ਹਰਪਾਲ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਵੀਰ ਹਰਪ੍ਰੀਤ ਸਿੰਘ ਜੀ ਨੇ ਤੁਹਾਨੂੰ ਸੇਵਾ ਦੇ ਬਾਰੇ, ਜੋ ਆਪਣਾ ਅੱਜ ਦਾ ਵਿਸ਼ਾ ਹੈ, ਉਸਦੇ ਬਾਰੇ ਜਾਣਕਾਰੀ ਦਿੱਤੀ, ਪਰ ਨਾਲੇ ਵੀ ਦੱਸਿਆ ਕਿ ਜਦੋਂ ਅਸੀਂ ਗੱਲ ਕਰਦੇ ਹਾਂ
ਤਾਂ ਦੋ ਚੀਜ਼ਾਂ ਨੂੰ ਅਸੀਂ ਇਸ ਚੀਜ਼ 'ਚ ਮੰਨਦੇ ਹਾਂ ਕਿ ਸਾਡੇ ਇਹ ਪਿਲਰਸ ਨੇ। ਜਦੋਂ ਅਸੀਂ ਸਿੱਖ ਪੰਥ ਦੀ ਸਿੱਖ ਵਿਚਾਰਧਾਰਾ ਦੀ ਗੁਰਮਤ ਦੀ ਗੱਲ ਕਰਦੇ ਹਾਂ ਤੇ ਸੇਵਾ ਤੇ ਸਿਮਰਨ ਇਹ ਦੋ ਪਿਲਰਸ ਮੰਨੇ ਜਾਂਦੇ ਨੇ ਜਿਸ ਦੇ ਉੱਪਰ ਸਭ ਕੁਛ ਟਿਕਿਆ ਹੋਇਆ ਹੈ। ਤੇ ਸਾਡਾ ਅੱਜ ਦਾ ਵਿਸ਼ਾ ਹੈ ਸੇਵਾ। ਸੇਵਾ ਦੇ ਨਾਲ ਜੁੜਨ ਤੋਂ ਪਹਿਲਾਂ ਜਦੋਂ ਆਪਾਂ ਸੇਵਾ ਸ਼ਬਦ ਦੇ ਅਰਥ ਨੂੰ ਪੜ੍ਹੀਏ ਤਾਂ ਸੇਵਾ ਦਾ ਅਰਥ ਹੈ ਪੂਜਾ ਕਰਨਾ, ਖਿਦਮਤ ਕਰਨਾ। ਸੇਵਾ ਸੰਸਕ੍ਰਿਤ ਦੇ ਸੇਵ ਸ਼ਬਦ ਤੋਂ ਉਤਪੰਨ ਹੋਇਆ। ਅਰਥ ਆਪਾਂ ਦੋ ਪੜ੍ਹੇ, ਇੱਕ ਪੂਜਾ ਕਰਨਾ, ਇੱਕ ਖਿਦਮਤ ਕਰਨਾ। ਜਦੋਂ ਆਪਾਂ ਸਨਾਤਨ ਮਤ ਨੂੰ ਵਾਚਦੇ ਹਾਂ, ਸਨਾਤਨ ਮਤ ਬਾਰੇ ਪੜ੍ਹਦੇ ਹਾਂ ਤਾਂ ਉੱਥੇ ਪੂਜਾ ਕਰਨਾ ਤੇ ਖਿਦਮਤ ਕਰਨਾ ਦੋ ਅਲੱਗ ਅਲੱਗ ਗੱਲਾਂ ਨੇ। ਸਮਾਜ ਨੂੰ ਚਾਰ ਵੱਖਰੇ ਵੱਖਰੇ ਵਰਗਾਂ ਦੇ ਵਿੱਚ ਵੰਡਿਆ। ਜਦੋਂ ਆਪਾਂ ਸਨਾਤਨ ਮਤ ਨੂੰ ਪੜ੍ਹੀਏ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਇਹਨਾਂ ਚਾਰਾਂ ਦੇ ਕੰਮ ਵੀ ਵੱਖਰੇ ਵੱਖਰੇ ਨੇ। ਬ੍ਰਾਹਮਣ ਸਭ ਤੋਂ ਉੱਪਰ ਹੈ ਔਰ ਧਰਮ ਦੇ ਸਾਰੇ ਕਰਮ ਜਿਹੜੇ ਨੇ ਉਹ ਬ੍ਰਾਹਮਣ ਨੇ ਕਰਨੇ ਨੇ। ਇਸ ਕਰਕੇ ਜਦੋਂ ਆਪਾਂ ਇੱਥੇ ਸੇਵਾ ਦੀ ਗੱਲ ਕਰਦੇ ਹਾਂ, ਜਿਹੜੀ ਪੂਜਾ ਕਰਨਾ ਜਿਹੜਾ ਅਰਥ ਹੈ, ਪੂਜਾ ਕਰਨਾ ਬ੍ਰਾਹਮਣ ਦਾ ਕਰਮ ਹੈ। ਤੇ ਜਦੋਂ ਦੂਸਰਾ ਅਰਥ ਆ ਜਾਂਦਾ ਖਿਦਮਤ ਕਰਨੀ, ਉਹ ਕਰਮ ਸ਼ੂਦਰਾਂ ਦੇ ਹਿੱਸੇ ਆਇਆ। ਬ੍ਰਾਹਮਣ ਨੇ ਧਰਮ ਦੇ ਸਾਰੇ ਕਰਮ ਕਰਨੇ ਨੇ, ਖੱਤਰੀ ਨੇ ਰਾਜ ਕਰਨਾ ਹੈ, ਸ਼ਸਤਰਧਾਰੀ ਹੋਣਾ ਹੈ, ਵੈਸ਼ ਨੇ ਵਪਾਰ ਕਰਨਾ ਹੈ, ਤੇ ਸ਼ੂਦਰ ਦਾ ਕਰਮ ਹੈ ਆਪਣੇ ਤੋਂ ਉੱਪਰ ਵਾਲੀਆਂ ਸਾਰੀਆਂ ਜਾਤਾਂ ਦੀ ਸੇਵਾ ਕਰਨੀ, ਖਿਦਮਤ ਕਰਨੀ। ਹੁਣ ਇੱਥੇ ਦੋ ਅਲੱਗ ਅਲੱਗ ਪੱਖ ਹੋ ਗਏ। ਜਦੋਂ ਇਸ ਨੂੰ ਅਸੀਂ ਗੁਰਮਤ ਦੇ ਵਿੱਚ ਵੇਖਦੇ ਹਾਂ ਤਾਂ ਗੁਰਮਤ ਨੇ ਇਸ ਦੇ ਵਿੱਚ ਇੱਕ ਪਰਿਵਰਤਨ ਲਿਆਤਾ। ਜਿਹੜਾ ਖਿਦਮਤ ਕਰਨ ਵਾਲਿਆਂ ਦਾ ਦਰਜਾ ਉੱਥੇ ਨੀਵਾਂ ਹੈ ਤੇ ਪੂਜਾ ਕਰਨ ਵਾਲਿਆਂ ਦਾ ਉੱਚਾ ਹੈ, ਗੁਰਮਤ ਨੇ ਖਿਦਮਤ ਕਰਨ, ਸੇਵਾ ਕਰਨ ਵਾਲਿਆਂ ਦਾ ਦਰਜਾ ਵੀ ਬਰਾਬਰ ਦਾ ਕਰ ਦਿੱਤਾ। ਤਾਂ ਇਹ ਆਪਾਂ ਕਹਿੰਦੇ ਸੇਵਾ ਤੇ ਸਿਮਰਨ ਇੱਕ ਹੈ। ਇੱਥੇ ਕੋਈ ਫਰਕ ਨਹੀਂ, ਕੋਈ ਭੇਦਭਾਵ ਨਹੀਂ। ਸੇਵਾ ਤਿੰਨ ਤਰ੍ਹਾਂ ਦੇ ਨਾਲ ਕੀਤੀ ਜਾਂਦੀ ਹੈ, ਤਨ ਦੇ ਨਾਲ, ਮਨ ਦੇ ਨਾਲ ਤੇ ਧਨ ਦੇ ਨਾਲ। ਤੇ ਸਭ ਤੋਂ ਉੱਤਮ ਸੇਵਾ, ਸਭ ਤੋਂ ਉੱਚਤਮ ਸੇਵਾ ਜਿਹੜੀ ਹੈ ਉਹ ਤਨ ਦੀ ਸੇਵਾ ਹੈ, ਹੱਥੀ ਕੀਤੀ ਸੇਵਾ। ਜਦੋਂ ਆਪਾਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਸੇਵਾ ਤੇ ਹੱਥ ਪੈਰ ਹੋਰ ਨਹੀਂ ਫਰਕ। ਹੱਥਾਂ ਪੈਰਾਂ ਤੋਂ ਬਿਨਾਂ ਜਿਹੜੀ ਸੇਵਾ ਹੈ ਉਹ ਮੰਨੀ ਤਾਂ ਜਾਂਦੀ ਹੈ, ਮਨ ਦੀ ਸੇਵਾ ਵੀ ਮੰਨੀ ਜਾਂਦੀ ਹੈ, ਧਨ ਦੀ ਸੇਵਾ ਵੀ ਮੰਨੀ ਜਾਂਦੀ ਹੈ, ਪਰ ਇਹ ਸਭ ਤੋਂ ਉੱਚਮ ਸੇਵਾ। ਆਪਾਂ ਜਦੋਂ ਸਿੱਖ ਇਤਿਹਾਸ ਨੂੰ ਪੜ੍ਹੀਏ, ਦੂਸਰੇ ਪਾਤਸ਼ਾਹ, ਤੀਸਰੇ ਪਾਤਸ਼ਾਹ, ਗੁਰੂ ਅੰਗਦ ਦੇਵ ਮਹਾਰਾਜ ਤੇ ਗੁਰੂ ਅਮਰਦਾਸ ਮਹਾਰਾਜ ਜਦੋਂ ਗੁਰੂ ਸਾਹਿਬਾਨ ਕੋਲ ਆਉਂਦੇ ਨੇ, ਭਾਈ ਰਹਿਣਾ ਜੀ ਦੇ ਰੂਪ ਵਿੱਚ ਆਉਂਦੇ ਨੇ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ, ਤਾਂ ਸੇਵਾ ਜਿਹੜੀ ਕਰਦੇ ਨੇ ਉਹ ਆਪਾਂ ਸਾਰਿਆਂ ਨੇ ਪੜ੍ਹਿਆ ਇਤਿਹਾਸ ਵਿੱਚ। ਹੁਕਮ ਜਿਹੜਾ ਵੀ ਪਾਤਸ਼ਾਹ ਕਰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਹੁਕਮ ਨੂੰ ਮੰਨ ਕੇ ਜਿਹੜੀ ਸੇਵਾ ਪਾਤਸ਼ਾਹ ਲਗਾਉਂਦੇ ਨੇ ਉਸ ਸੇਵਾ ਨੂੰ ਪੂਰਾ ਕਰਦੇ ਨੇ। ਆਪਾਂ ਹੁਣੇ ਗੱਲ ਕਰ ਰਹੇ ਹਾਂ ਕਿ ਪੂਜਾ ਤੇ ਖਿਦਮਤ ਦੋ ਅਲੱਗ ਅਲੱਗ ਚੀਜ਼ਾਂ ਸੀ, ਪਰ ਇੱਥੇ ਭਾਈ ਨਹਿਰਾ ਜੀ ਨੇ ਉਹ ਸਭ ਕੁਝ ਵੀ ਕੀਤਾ ਜੋ ਆਮ ਤੌਰ ਤੇ ਕਿਤੇ ਛੋਟੀਆਂ ਜਾਤਾਂ ਵਾਲਿਆਂ ਵੱਲੋਂ ਕਿਰਨਾ ਮੰਨਿਆ ਜਾਂਦਾ ਸੀ। ਇਤਿਹਾਸ ਵਿੱਚ ਆਪਾਂ ਪੜ੍ਹਦੇ ਹਾਂ ਕਿ ਧਰਮਸ਼ਾਲਾ ਦੇ ਵਿੱਚ ਇੱਕ ਚੂਹੀ ਮਰੀ ਪਈ ਹੈ। ਹੁਣ ਮਰੀ ਹੋਈ ਚੂਹੀ ਨੂੰ ਕੱਢਣ ਦਾ ਕੰਮ ਸਪੈਸ਼ਲ ਇੱਕ ਵਿਸ਼ੇਸ਼ ਜਾਤੀ ਲਈ ਨਿਯਤ ਕੀਤਾ ਗਿਆ ਹੋਇਆ ਸਮਾਜ ਵੱਲੋਂ, ਪਰ ਭਾਈ ਨਹਿਰਾ ਜੀ ਇਸ ਗੱਲ ਦੀ ਪਰਵਾਹ ਨਹੀਂ ਕਰਦੇ। ਜਦੋਂ ਗੁਰੂ ਸਾਹਿਬ ਦਾ ਹੁਕਮ ਹੁੰਦਾ ਹੈ ਉਸ ਚੂਹੀ ਨੂੰ ਚੱਕ ਕੇ ਬਾਹਰ ਸੁੱਟ ਕੇ ਆਉਂਦੇ ਨੇ। ਧਰਮਸ਼ਾਲਾ ਦੀ ਦੀਵਾਰ ਡਿੱਗ ਗਈ ਹੈ, ਕੰਧ ਡਿੱਗ ਪਈ ਹੈ, ਪਰ ਇਹ ਕੰਮ ਵੀ ਕਿਸੇ ਹੋਰ ਵੱਲੋਂ ਨਿਯਤ ਹੈ, ਪਰ ਭਾਈ ਨਹਿਰਾ ਜੀ ਇੱਦਾਂ ਵੀ ਪਰਵਾਹ ਨਹੀਂ ਕਰਦੇ। ਅੱਧੀ ਰਾਤ ਵੇਲੇ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਨੂੰ ਬੁਲਾਇਆ ਤੇ ਬਣਾਉਣ ਲਈ ਤਿਆਰ ਹੋ ਜਾਂਦੇ ਨੇ। ਤੇ ਜਦੋਂ ਆਪਾਂ ਬਾਬਾ ਅਮਰਦਾਸ ਜੀ 62 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਸਿੱਖੀ ਦੀ ਦਾਤ ਪ੍ਰਾਪਤ ਕਰਨ ਦੇ ਲਈ, ਤੇ ਜਦੋਂ ਸਿੱਖੀ ਦੀ ਦਾਤ ਲੈਂਦੇ ਨੇ
ਤਾਂ ਉਸ ਉਮਰ ਦੇ ਵਿੱਚ ਜਿਹੜੀ ਉਮਰ ਅੱਜ ਰਿਟਾਇਰਮੈਂਟ ਦੀ ਹੋ ਚੁੱਕੀ ਹੈ 62 ਸਾਲ ਦੀ ਉਮਰ ਤੋਂ ਲੈ ਕੇ 73 ਸਾਲ ਦੀ ਉਮਰ ਤੱਕ ਬਾਬਾ ਅਮਰਦਾਸ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਜਲ ਦੀ ਗਾਗਰ ਬਿਆਸ ਦਰਿਆ ਤੋਂ ਭਰ ਕੇ ਲੈ ਕੇ ਆਉਣੀ ਤੇ ਗੁਰੂ ਸਾਹਿਬ ਨੂੰ ਇਸ਼ਨਾਨ ਕਰਵਾਉਣਾ ਇਹ ਸੇਵਾ ਦੀ ਸਭ ਤੋਂ ਉੱਤਮ ਉਦਾਹਰਣ ਹੈ। ਸਭ ਤੋਂ ਵੱਡੀ ਐਗਜ਼ਾਮਪਲ ਅਸੀਂ ਆਪਣੇ ਸਿੱਖ ਇਤਿਹਾਸ ਦੀ ਜਦੋਂ ਗੱਲ ਕਰੀਏ ਇਹ ਮਿਲਦੇ ਹੀ ਹੈ ਸਰ, ਇਹ ਐਗਜ਼ਾਮਪਲ ਮਿਲਦੀ ਹੈ। ਇਹ ਸੇਵਾ ਦੇ ਕਰਕੇ ਪ੍ਰਾਪਤੀਆਂ ਹੋਈਆਂ ਨੇ। ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਗਏ ਨੇ, ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਬਣ ਗਏ ਨੇ ਇਹ ਸੇਵਾ ਦੇ ਕਰਕੇ। ਇਤਿਹਾਸ ਦੇ ਵਿੱਚ ਸਾਰਾ ਜ਼ਿਕਰ ਮਿਲਦਾ ਹੈ, ਪਰ ਇਤਿਹਾਸਕਾਰ ਸਿਰਫ ਉਹੀ ਕੁਛ ਦੱਸਦਾ ਹੈ ਜੋ ਸਾਹਮਣੇ ਨਜ਼ਰ ਆਉਂਦਾ ਹੈ। ਗੁਰੂ ਸਾਹਿਬਾਨ ਦੀ ਜਿਹੜੀ ਸਾਹਮਣੇ ਕੀਤੀ ਸੇਵਾ ਹੈ ਉਹ ਇਤਿਹਾਸ ਵਿੱਚ ਦਰਜ ਹੈ, ਪਰ ਗੁਰੂ ਸਾਹਿਬਾਨ ਨੇ ਜੋ ਅਧਿਆਤਮਿਕ ਤੌਰ ਤੇ ਪ੍ਰਾਪਤੀ ਕੀਤੀ ਹੈ ਉਹ ਉਦੋਂ ਪਤਾ ਲੱਗਦਾ ਜਦੋਂ ਗੁਰਦਾ ਗੱਡੀ ਦੇ ਵਾਰਸ ਬਣ ਜਾਂਦੇ। ਸੇਵਾ ਤਾਂ ਹੋਰ ਵੀ ਬੜੇ ਕਰਦੇ ਪਏ ਹੋਏ, ਐਸਾ ਨਹੀਂ ਹੈ ਕਿ ਸੇਵਾ ਕੋਈ ਹੋਰ ਨਹੀਂ ਸੀ ਕਰ ਰਿਹਾ, ਉਸ ਵੇਲੇ ਹੋਰ ਵੀ ਸੇਵਾ ਕਰ ਰਹੇ ਨੇ। ਪਰ ਜਦੋਂ ਸੇਵਾ ਦੇ ਨਾਲ ਨਾਲ ਇਹ ਗੱਲ ਮਨ ਵਿੱਚ ਕਿਤੇ ਆ ਜਾਵੇ ਵੀ ਮੈਂ ਜਿਹੜੀ ਸੇਵਾ ਕਰ ਰਿਹਾ ਇਹਦੀ ਮੈਨੂੰ ਬੜੀ ਵੱਡੀ ਪ੍ਰਾਪਤੀ ਹੋਏਗੀ, ਜਦੋਂ ਮਨ ਵਿੱਚ ਕਿਤੇ ਇੱਕ ਮਾਣ ਬਣ ਜਾਵੇ। ਵੈਸੇ ਤਾਂ ਸੇਵਾ ਆਪਣੇ ਆਪ ਵਿੱਚ ਇੱਕ ਮਾਣ ਹੈ, ਪਰ ਜਦੋਂ ਇਹ ਮਾਣ ਕਿਤੇ ਗੁਮਾਨ ਵਿੱਚ ਬਦਲ ਜਾਵੇ, ਹਉਮੈ ਵਿੱਚ ਬਦਲ ਜਾਵੇ, ਤਾਂ ਫਿਰ ਉਸ ਸੇਵਾ ਦੀ ਕੋਈ ਪ੍ਰਾਪਤੀ ਨਹੀਂ ਹੈ। ਇਹਦਾ ਐਗਜ਼ਾਮਪਲ ਵੀ ਸਾਨੂੰ ਸਾਡੇ ਇਤਿਹਾਸ ਵਿੱਚ ਮਿਲਦਾ। ਚੌਥੇ ਪਾਤਸ਼ਾਹ ਧੰਗ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਪੁੱਤਰ ਨੇ, ਸਭ ਤੋਂ ਵੱਡੇ ਨੇ ਬਾਬਾ ਪ੍ਰਿਥੀ ਚੰਦ ਜੀ। ਗੁਰੂ ਸਾਹਿਬ ਗੁਰਦਾ ਗੱਡੀ ਤੋਂ ਵਿਰਾਜਮਾਨ ਨੇ ਤੇ ਬਾਬਾ ਪ੍ਰਿਥੀ ਚੰਦ ਜੀ ਹਰ ਤਰ੍ਹਾਂ ਦਾ ਪ੍ਰਬੰਧ ਸੰਭਾਲ ਰਹੇ ਨੇ। ਸੰਤਾਂ ਦੇ ਆਉਣ ਜਾਣ ਦਾ ਪੂਰਾ ਧਿਆਨ ਹੈ, ਕਿੱਥੇ ਉਹਨਾਂ ਨੇ ਰਹਿਣਾ, ਲੰਗਰ ਦਾ ਇੰਤਜ਼ਾਮ, ਹਰ ਤਰ੍ਹਾਂ ਦਾ ਇੰਤਜ਼ਾਮ ਉਹਨਾਂ ਦੇ ਕੋਲ ਸੰਭਾਲਿਆ ਹੋਇਆ ਉਹਨਾਂ ਨੇ। ਹੁਣ ਇੱਕ ਸਮਾਂ ਆਉਂਦਾ ਹੈ ਕਿ ਗੁਰੂ ਸਾਹਿਬ ਦੇ ਭਤੀਜੇ ਦਾ ਆਨੰਦ ਕਾਰਜ ਹੈ ਲਾਹੌਰ ਸ਼ਹਿਰ ਦੇ ਵਿੱਚ। ਪਾਤਸ਼ਾਹ ਬਾਬਾ ਪ੍ਰਿਥੀ ਚੰਦ ਜੀ ਨੂੰ ਕਹਿੰਦੇ ਨੇ ਵੀ ਜਾਓ, ਮੈਂ ਨਹੀਂ ਜਾ ਸਕਾਂਗਾ ਤੇ ਪਰਿਵਾਰ ਵੱਲੋਂ ਤੁਸੀਂ ਜਾਓ। ਤੇ ਬਾਬਾ ਪ੍ਰਿਥੀ ਚੰਦ ਜੀ ਨੇ ਜੇ ਮੈਂ ਚਲਾ ਗਿਆ ਤਾਂ ਪਿੱਛੇ ਸਾਰੀ ਸੇਵਾ ਕੌਣ ਸੰਭਾਲੇਗਾ, ਇਹ ਜਿਹੜਾ ਪ੍ਰਬੰਧ ਮਿਲ ਹੋਇਆ ਉਹ ਸੰਭਾਲੇਗਾ, ਜੇ ਮੈਂ ਚਲਾ ਗਿਆ ਤਾਂ ਕੁਝ ਵੀ ਨਹੀਂ ਹੋ ਪਾਏਗਾ। ਇੱਥੇ ਜਿਹੜੀ ਸੇਵਾ ਬਾਬਾ ਪ੍ਰਿਥੀ ਚੰਦ ਜੀ ਕਰ ਰਹੇ ਨੇ ਉਹ ਕੇਵਲ ਬਾਹਰੀ ਤੌਰ ਤੇ ਕਰ ਰਹੇ ਨੇ, ਅੰਦਰ ਇੱਕ ਹਉਮੈ ਪੈਦਾ ਹੋ ਰਹੀ ਹੈ। ਬਾਬਾ ਅਮਰਦਾਸ ਜੀ ਦੀ ਸੇਵਾ, ਭਾਈ ਲਹਿਣਾ ਜੀ ਦੀ ਸੇਵਾ ਤੇ ਉਸ ਤੋਂ ਅਲੱਗ ਹਟ ਕੇ ਬਾਬਾ ਪ੍ਰਿਥੀ ਚੰਦ ਜੀ ਦੀ ਸੇਵਾ, ਬੜਾ ਅੰਤਰ ਹੈ। ਮਨ ਵਿੱਚ ਇੱਕ ਪ੍ਰਾਪਤੀ ਦੀ ਇੱਛਾ ਪੈਦਾ ਹੋ ਗਈ ਕਿ ਉਹਨੇ ਇਸ ਸੇਵਾ ਤੋਂ ਬਾਅਦ ਮੈਨੂੰ ਗੁਰਦਾ ਗੋਦੀ ਮਿਲਣੀ ਹੈ, ਮੈਂ ਗੁਰਦਾ ਗੋਦੀ ਦਾ ਵਾਰਸ ਬਣਨਾ ਹੈ। ਪਰ ਪ੍ਰਾਪਤੀ ਨਹੀਂ ਹੋ ਪਾਈ ਕਿਉਂਕਿ ਸੇਵਾ ਕੇਵਲ ਬਾਹਰੀ ਸੀ, ਕੇਵਲ ਵਿਖਾਵੇ ਵਾਲੀ ਸੀ। ਸੋ ਜਦੋਂ ਅਸੀਂ ਸੇਵਾ ਦੀ ਗੱਲ ਕਰਦੇ ਹਾਂ, ਸਾਨੂੰ ਪਾਤਸ਼ਾਹ ਨੇ ਇਹ ਉਪਦੇਸ਼ ਦਿੱਤਾ ਹੈ ਸੇਵਾ ਕਰਨੀ। ਆਪਾਂ ਹੁਣੇ ਗੱਲ ਕਰ ਰਹੇ ਸੀ ਸੇਵਾ ਤਿੰਨ ਤਰ੍ਹਾਂ ਦੇ ਨਾਲ ਕੀਤੀ ਜਾਂਦੀ ਹੈ, ਮਨ ਦੀ, ਤਨ ਦੀ ਤੇ ਧਨ ਦੀ। ਤੇ ਸਭ ਤੋਂ ਉੱਚਮ ਸੇਵਾ ਜਿਹੜੀ ਹੈ ਨਾ ਉਹ ਮਨ ਦੀ ਨਹੀਂ ਤਨ ਦੀ ਮੰਨੀ ਜਾਂਦੀ, ਹੱਥੀ ਕੀਤੀ ਸੇਵਾ। ਇਸ ਸੇਵਾ ਦੇ ਲਈ ਸਾਡੇ ਕੋਲ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਇੰਤਜ਼ਾਮ ਨੇ, ਅਸੀਂ ਦੇਖਦੇ ਹਾਂ। ਹੁਣ ਤੇ ਇਹ ਵੀ ਬੜਾ ਸਮੇਂ ਦੇ ਨਾਲ ਨਾਲ ਬਦਲਾਵ ਆ ਗਿਆ, ਲੰਗਰ ਦੀ ਸੇਵਾ, ਲੰਗਰ ਪਕਾਉਣ ਦੀ ਸੇਵਾ, ਲੰਗਰ ਵਰਤਾਉਣ ਦੀ ਸੇਵਾ, ਬਾਅਦ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ, ਗੁਰਦੁਆਰਾ ਸਾਹਿਬ ਵਿੱਚ ਝਾੜੂ ਮਾਰਨ ਦੀ ਸੇਵਾ, ਪਾਣੀ ਦੀ ਸੇਵਾ, ਇਹ ਸਾਰੀਆਂ ਸੇਵਾਵਾਂ ਹੱਥੇ ਕੀਤੀਆਂ ਜਾਂਦੀਆਂ ਸਨ, ਅੱਜ ਵੀ ਕੀਤੀਆਂ ਜਾਂਦੀਆਂ ਨੇ। ਪਰ ਬੜਾ ਵੱਡਾ ਬਦਲਾਵ ਆ ਗਿਆ ਅੱਜ ਦੇ ਸਮੇਂ ਵਿੱਚ। ਅੱਜ ਸਾਨੂੰ ਜਿੱਥੇ ਵੀ ਕਿਤੇ ਕੋਈ ਵੱਡਾ ਸਮਾਗਮ ਹੋਵੇ, ਅੱਜ ਲੰਗਰ ਬਣਾਉਣ ਦੇ ਲਈ ਮਸ਼ੀਨਾਂ ਦਾ ਇੰਤਜ਼ਾਮ ਹੋ ਜਾਂਦਾ ਜਾਂ ਫਿਰ ਅਸੀਂ ਹਲਵਾਈਆਂ ਦਾ ਇੰਤਜ਼ਾਮ ਕਰ ਲੈਂਦੇ ਹਾਂ, ਪਰ ਪੁਰਾਤਨ ਸਮਿਆਂ ਦੇ ਵਿੱਚ ਸੇਵਾ ਗੁਰਸਿੱਖ ਆਪ ਕਰਦੇ ਸੀ। ਪਰ ਇਹ ਸੇਵਾ ਬੜੀ ਵੱਡੀ ਸੇਵਾ ਹੈ। ਅੱਜ ਵੱਡੇ ਵੱਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਬਰਤਨ ਸਾਫ਼ ਕਰਨ ਦੀਆਂ ਵੀ ਮਸ਼ੀਨਾਂ ਲੱਗ ਗਈਆਂ ਨੇ, ਪਰ ਜਦੋਂ ਕਿਤੇ ਜਾਈਏ ਦਰਬਾਰ ਸਾਹਿਬ ਅੱਜ ਵੀ ਉੱਥੇ ਜਦੋਂ ਸੰਗਤਾਂ ਬਰਤਨ ਸਾਫ਼ ਕਰਦੀਆਂ ਨੇ, ਪਤਾ ਲੱਗਦਾ ਸੇਵਾ ਕਿੰਨੀ ਮਹਾਨ ਸੇਵਾ ਹੈ, ਬੜੀ ਮਹਾਨ ਸੇਵਾ। ਆਪਾਂ ਜਦੋਂ ਸਿੱਖ ਵਿਚਾਰਧਾਰਾ ਨੂੰ ਪੜ੍ਹਦੇ ਹਾਂ, ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਮਰਿਆਦਾ ਨੂੰ ਪੜ੍ਹਦੇ ਹਾਂ, ਤੇ ਰਹਿਤ ਮਰਿਆਦਾ ਵਿੱਚ ਸਾਨੂੰ ਲਿਖਿਆ ਮਿਲਦਾ ਹੈ, ਜਦੋਂ ਕੀਰਤਨ ਦੀ ਮਰਿਆਦਾ ਅਸੀਂ ਪੜ੍ਹਦੇ ਹਾਂ, ਬਈ ਗੁਰੂ ਮਹਾਰਾਜ ਜੀ ਦੀ ਹਾਜ਼ਰੀ ਵਿੱਚ
गुरु साहिबान की बाणी तो इलावा भाई गुरदास जी की बाणी पढ़ी जा सकती है ते एक भाई नंद लाल जी की बाणी पढ़ी जा सकती कीर्तन रूप दे विच ते पंथक मर्यादा का फैसला है। हुण भाई नंद लाल जी बड़े वड्डे विद्वान ने बैठे ने भाई हरजीत सिंह जी भाई नंद लाल जी दियां रचनावां नूं पढ़दे ने कीर्तन दे रूप विच जदों आपां पढ़दे हां शाहे शहनशाह गुरु गोबिंद सिंह बेकसारा यार गुरु गोबिंद सिंह ये भाई नंद लाल जी की रचना है। हुण भाई नंद लाल जी बड़े वड्डे विद्वान ने औरंगजेब का सब तो छोटा सपुत्र शहजादा मुअज्जम उसके अध्यापक ने उसनू पढ़ा रहे। औरंगजेब एक कुरान का एक ऐसा शब्द जिस दे बारे उन्हें कुछ कन्फ्यूजन है वह सारे विद्वानों अपने एक एक करके बुला के उस कन्फ्यूजन तो छुटकारा पाना चाहता है समझना चाहता उस शब्द बारे। पर जिन्हें भी विद्वान वो को आते हैं तो किसी ने भी उस तरीके अर्थ ने किते जिस तरीके चाहता वे तसली नहीं हुई। वो शब्द भाई नंद लाल जी को पहुंचे भाई नंद लाल जी ने जो अर्थ करके भेजे तो औरंगजेब की बड़ी तसली हो गई बड़ा प्रसन्न होया। तो फिर पूछता है शहजादा मुअज्जम भी ये किसने किते ने अर्थ तो कहता जी भाई नंद लाल मेरे अध्यापक ने। हुण औरंगजेब इत्थे आपां जदों औरंगजेब दी बारे आपां सारे जाणदे हां कि उह बड़ा कट्टर है खास तौर ते अपने धर्म दे लई उह कहता एडा वड्डा विद्वान होवे ते होवे इस्लाम तो बाहर इह किवें हो सकदा इसनूं इस्लाम विच लिआंदा जाए। यह आदेश दे दिंदा कि और नंद लाल नूं इस्लाम विच शामिल किया जाए। हुण भाई नंद लाल जी अपने अकीदे दे पक्के ने वह इस्लाम में शामिल नहीं होना चाहते। शहजादा मुअज्जम भी इतने हाथ खड़े करता कहता जी मैं तुहानू उन्हां कोलों नहीं बचा सकता क्योंकि वह मेरा पिता है मैं पता है कि वह किड़ा जालम है। हाँ शहजादा मुअज्जम भाई नंद लाल उतों निकलने का मौका दे कि तुम हम जा सकते हो इतने तुम जिथे मर्जी जा सकते हो पर जे तुम इतने रहे तो थोड़े ते खतरा होर बढ़ता जाएगा। भाई नंद लाल जी दसम पातशाह को पहुंच जाते हैं आनंदपुर साहब की धरती से पहुंच जाते हैं तो बड़े विद्वान ने आपां हुणे गल कीती है उन्हां दीआं बड़ियां रचनावां ने तो जदों भी कोई होवे भावें किसी तरीके किते ना किते भावें सूक्ष्म रूप में भी होवे किते होमे मन में आ जाती कि मैं बड़ा वड्डा विद्वान हाँ। हुण भाई नंद लाल जी जदों दसम पातशाह को पहुंचे ने तो मन में कितने एक ख्याल है कि मैं जो जावांगा तो मेरी विधवता वेख के मेरे को पातशाह को इस तरह की सेवा लैणगे। पातशाह को पहुंचते हैं भाई नंद लाल जी तो जाके फिर जो उन्हें को रुकते हैं तो कहते जी मेरे लायक कोई सेवा तो दसम पातशाह कहते हैं तुसी जाओ लंगर विच उत्थे बर्तन साफ करन दी सेवा। हुण उत्थे बैठे गुरसिख भी हैरान ने कि एडा वड्डा विद्वान है भाई नंद लाल ते पातशाह उन्होंने बर्तन साफ करने की सेवा दे रहे हैं बड़ी हैरानगी होती है। अज सानू भी कितने इस तरह के शब्द सुन के हैरानगी होती होएगी। भाई नंद लाल प्रमाण करता हुक्म नूं सत वचन कह के ते लंगर विच चले जाते हैं भाई नंद लाल जी बर्तन की सेवा कर रहे हैं दो चार दिन पांच दिन लंघ जाते हैं। एक दिन पातशाह जिथे भाई नंद लाल जी सेवा कर रहे हैं उत्थे जाते भाई नंद लाल ने जो बर्तन साफ किए ने उन्हें बर्तना में एक बर्तन चुकते ने तो कहते हैं भाई नंद लाल तू बर्तन बड़े वधिया साफ किए ने इन्हें सारी मैल कट दी है। तो भाई नंद लाल कहता नहीं पातशाह मैनू नहीं पता कि बर्तन साफ मैं किदां दे किते ने पर हाँ मैनू एक पता है कि इन्हें बर्तना के साफ करद्या करद्या मैं अपने अंदरों होमे की मैल बाहर कढ़ता पाया मैं अपने अंदरों होमे की मैल बाहर कढ़ने यह सेवा का आप जो गल कहने ना जी हथी सेवा है इहदा इन्ना उच्चा स्थान है जिहड़ी हथी कीती सेवा है जदों कोई बर्तन साफ कर रहा है झाड़ू की सेवा कर रहा है किसी भी तरीके की सेवा कर रहा मन की सेवा भी प्रमाण है इस गल नहीं कि मन की नहीं अपने विचार अपनी विद्वता अपना ज्ञान अपना प्रबंधकी कौशल किसी भी तरीके नाल असीं सेवा कर सकते हैं कोई अपने विचारां दे नाल
ਜਿਸ ਕੋਲ ਕੋਈ ਡਿਗਰੀ ਹੈ ਆਪਣੇ ਵਿਦਵਤਾ ਦੇ ਨਾਲ ਹਾਂ ਹਉਮੈ ਰਹਿਤ ਹੋ ਕੇ ਕਿਤੇ ਹਉਮੈ ਦੇ ਅੰਦਰ ਆ ਜਾਵੇ ਕਿਉਂਕਿ ਹਉਮੈ ਆਉਂਦੀ ਇਸੇ ਕਰਕੇ ਹੈ ਹਉਮੈ ਕਿਸੇ ਕੋਲ ਜ਼ਿਆਦਾ ਡਿਗਰੀਆਂ ਆ ਜਾਣ ਵਿਦਵਾਨ ਬਣ ਜਾਏ ਅੰਦਰ ਹਉਮੈ ਪੈਦਾ ਹੋ ਜਾਂਦੀ ਹੈ ਪਰ ਜੇ ਉਹੀ ਵਿਦਵਤਾ ਹਉਮੈ ਰਹਿਤ ਹੋ ਕੇ ਉਸ ਵਿਦਿਆ ਦੇ ਨਾਲ ਪ੍ਰਾਪਤ ਕੀਤੇ ਵਿਚਾਰਾਂ ਨੂੰ ਸੰਗਤਾਂ ਦੇ ਵਿੱਚ ਵੰਡਿਆ ਜਾਵੇ ਤੇ ਬੜੀ ਵੱਡੀ ਸੇਵਾ ਹੈ ਆਪਣੇ ਗਿਆਨ ਨੂੰ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਵੇ ਬੜੀ ਵੱਡੀ ਸੇਵਾ ਹੈ ਆਪਣੇ ਪ੍ਰਬੰਧਕੀ ਕੌਸ਼ਲ ਨੂੰ ਆਪਣੀ ਮੈਨੇਜਮੈਂਟ ਵਾਲੇ ਸਕਿੱਲਸ ਨੂੰ ਅਸੀਂ ਪ੍ਰਬੰਧਕ ਬੜੇ ਵੇਖਦੇ ਹਾਂ ਹੁਣ ਅੱਜ ਦੇ ਜਦੋਂ ਆਪਾਂ ਪ੍ਰਬੰਧਕਾਂ ਦੀ ਗੱਲ ਕਰਦੇ ਹਾਂ ਮਾਫ ਕਰਨਾ ਤੁਹਾਡੇ ਵਿੱਚੋਂ ਵੀ ਕੋਈ ਪ੍ਰਬੰਧਕ ਬੈਠੇ ਹੋ ਸਕਦੇ ਨੇ ਸਾਡੇ ਜ਼ਿਆਦਾ ਤੌਰ ਤੇ ਪ੍ਰਬੰਧਕਾਂ ਦਾ ਧਿਆਨ ਅੱਜ ਬਿਲਡਿੰਗਾਂ ਬਣਾਉਣ ਵਾਲੇ ਪਾਸੇ ਜ਼ਿਆਦਾ ਲੱਗਿਆ ਪਰ ਜਦਕਿ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਗੁਰੂ ਦੇ ਗਿਆਨ ਨੂੰ ਗੁਰੂ ਦੀਆਂ ਸਿੱਖਿਆਵਾਂ ਨੂੰ ਇਹਨਾਂ ਨੂੰ ਸੰਗਤ ਤੱਕ ਪਹੁੰਚਾਉਣਾ ਜ਼ਿਆਦਾ ਵੱਡੀ ਜ਼ਿੰਮੇਵਾਰੀ ਇਹ ਇੱਕ ਸੇਵਾ ਹੈ ਉਹ ਪ੍ਰਬੰਧ ਦਾ ਹਿੱਸਾ ਹੈ ਇਹਨੇ ਕਿਉਂ ਨਹੀਂ ਚਾਹੀਦੀਆਂ ਉਹ ਬਿਲਡਿੰਗਾਂ ਵੀ ਚਾਹੀਦੀਆਂ ਨੇ ਪਰ ਜਦੋਂ ਕਿਤੇ ਜ਼ਿਆਦਾ ਧਿਆਨ ਉੱਧਰ ਲੱਗ ਜਾਵੇ ਇੱਧਰ ਕੁਝ ਵੀ ਨਾ ਹੋਵੇ ਤਾਂ ਫਿਰ ਔਖਾ ਕੰਮ ਹੋ ਜਾਂਦਾ ਇਹ ਵੀ ਇੱਕ ਸੇਵਾ ਕਿ ਉਸ ਪ੍ਰਬੰਧਕੀ ਕੌਸ਼ਲ ਨੂੰ ਇਸ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾਵੇ ਕਿ ਸੰਗਤਾਂ ਤੱਕ ਵੱਧ ਤੋਂ ਵੱਧ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਪਹੁੰਚਾਉਣ ਦੇ ਲਈ ਵੱਡੇ ਤੋਂ ਵੱਡੇ ਪ੍ਰਚਾਰਕਾਂ ਨੂੰ ਵੱਡੇ ਤੋਂ ਵੱਡੇ ਐਸੇ ਸ਼ਖਸੀਅਤਾਂ ਨੂੰ ਸੰਗਤ ਦੇ ਕੋਲ ਲਿਆਂਦਾ ਜਾਵੇ ਜਿਨ੍ਹਾਂ ਦੇ ਵਿਚਾਰ ਨੂੰ ਸੁਣ ਕੇ ਸੰਗਤ ਨੂੰ ਵੀ ਗੁਰੂ ਦੇ ਨਾਲ ਸਾਂਝ ਵਧੇ ਕਿਸੇ ਦੇ ਮਨ ਦੇ ਵਿੱਚ ਕੋਈ ਕਿਸੇ ਦੇ ਸਰੀਰ ਦੇ ਵਿੱਚ ਕਿਸੇ ਦੇ ਕੁਝ ਵੀ ਤਰੀਕੇ ਕਿਸੇ ਨੂੰ ਕੋਈ ਦੁੱਖ ਦਰਦ ਹੋਵੇ ਉਸ ਦੁੱਖ ਦਰਦ ਨੂੰ ਸਮਝਣਾ ਉਸ ਦੀ ਨਿਵਿਰਤੀ ਕਰਨੀ ਇਹ ਵੀ ਮਨ ਦੀ ਸੇਵਾ ਹੈ ਇਹ ਵੀ ਮਨ ਦੀ ਸੇਵਾ ਤੀਸਰੀ ਸੇਵਾ ਹੁੰਦੀ ਧਨ ਦੀ ਸੇਵਾ ਔਰ ਸਭ ਤੋਂ ਇਸ ਸੇਵਾ ਨੂੰ ਤੀਜੇ ਨੰਬਰ ਦਾ ਦਰਜਾ ਪਟੇ ਨਾ ਪਹਿਲਾ ਦੂਜਾ ਤੇ ਤੀਜਾ ਨੀਚੇ ਵਾਲੀ ਕੈਟਾਗਰੀ 'ਚ ਰੱਖਿਆ ਗਿਆ ਪਰ ਹਾਂ ਜੇ ਕਿਤੇ ਇਸ ਧਨ ਦੀ ਸੇਵਾ ਨੂੰ ਗੁਪਤ ਸੇਵਾ ਰਹਿ ਕੇ ਕੀਤਾ ਜਾਵੇ ਕਿਉਂਕਿ ਧਨ ਦੀ ਸੇਵਾ ਜ਼ਿਆਦਾ ਵਿਖਾਵੇ ਵਾਸਤੇ ਹੁੰਦੀ ਹੈ ਅੱਜ ਕੱਲ੍ਹ ਤਾਂ ਸਾਨੂੰ ਇਹ ਬੜਾ ਬਦਲਾਵ ਨਜ਼ਰ ਆਉਣ ਲੱਗ ਪਿਆ ਜਦੋਂ ਅਸੀਂ ਪੁਰਾਣੇ ਸਮੇਂ ਵਿੱਚ ਕਿਤੇ ਗੁਰਦੁਆਰੇ ਜਾਂਦੇ ਸੀ ਤੇ ਹਰੇਕ ਗੁਰਦੁਆਰੇ ਦੇ ਜੇ ਪੱਖੇ ਲੱਗੇ ਹਰੇਕ ਪੱਖ ਦੇ ਉੱਤੇ ਦੋ ਦੋ ਨਾਮ ਲਿਖੇ ਕਰਦੇ ਸੀ ਵੀ ਇਸ ਪੱਖੇ ਦੀ ਸੇਵਾ ਇਹਨੇ ਕੀਤੀ ਹੈ ਬੜੀਆਂ ਸਾਰਾ ਜਿੱਥੇ ਜਿੱਥੇ ਜਗ੍ਹਾ ਜਗ੍ਹਾ ਚਿੱਟੇ ਪੱਥਰਾਂ ਦੇ ਉੱਤੇ ਕਾਲੇ ਅੱਖਰਾਂ ਦੇ ਨਾਲ ਸਾਰੇ ਪੱਥਰ ਕਾਲੇ ਕਰ ਦਿੱਤੇ ਜਾਂਦੇ ਸੀ ਇਹ ਲਿਖਵਾ ਕੇ ਆਪਣਾ ਆਪ ਪ੍ਰਗਟਾਵਾ ਕਰਨ ਵਾਲੀ ਗੱਲ ਪਰ ਜੇ ਧਨ ਦੀ ਸੇਵਾ ਨੂੰ ਕਿਤੇ ਗੁਪਤ ਰਹਿ ਕੇ ਕੀਤਾ ਜਾਵੇ ਤੇ ਇਹ ਬਹੁਤ ਉੱਤਮ ਹੋ ਜਾਂਦੀ ਹੈ ਇਸੇ ਕਰਕੇ ਪਾਤਸ਼ਾਹ ਨੇ ਸਾਨੂੰ ਇੱਕ ਮਰਿਆਦਾ ਦਿੱਤੀ ਦਸਵੰਧ ਦੀ ਹਰ ਸਿੱਖ ਨੇ ਆਪਣੀ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਕੱਢਣਾ ਹੈ ਉਹਨੂੰ ਕਹਿੰਦੇ ਨੇ ਦਸਵੰਧ ਤੇ ਉਹ ਦਸਵੰਧ ਦੇ ਉੱਪਰ ਜਿਸ ਨੇ ਉਹ ਦਸਵੰਧ ਕੱਢਿਆ ਹੈ ਉਹਦਾ ਆਪਣਾ ਕੋਈ ਰਾਈਟ ਨਹੀਂ ਹੈ ਉਹ ਮਾਇਆ ਗੁਰੂ ਦੀ ਹੈ ਤੇ ਜੇ ਉਹਦੇ ਵਿੱਚੋਂ ਤੁਸੀਂ ਕਿਸੇ ਦੀ ਮਦਦ ਕਰ ਰਹੇ ਹੋ ਤੁਸੀਂ ਨਹੀਂ ਕਰ ਰਹੇ ਗੁਰੂ ਕਰ ਰਹੇ ਹੈ ਇਸ ਕਰਕੇ ਹਉਮੈ ਨਹੀਂ ਆਉਂਦੀ ਕਿਉਂਕਿ ਉਹ ਮਾਇਆ ਤਾਂ ਮੇਰੀ ਹੈ ਹੀ ਨਹੀਂ ਜਿਹਨੇ ਦਿੱਤੀ ਉਹਦੀ ਹੈ ਹੀ ਨਹੀਂ ਉਹ ਤਾਂ ਦਸਵੰਧ ਤਾਂ ਗੁਰੂ ਦਾ ਹੈ ਉਹਦੇ ਵਿੱਚੋਂ ਜੇ ਕੁਛ ਸੇਵਾ ਕਿਸੇ ਦੀ ਕਰਾਂਗੇ ਕਿਸੇ ਦੀ ਮਦਦ ਕਰਾਂਗੇ ਤੇ ਉਹ ਗੁਰੂ ਸਾਹਿਬ ਦੀ ਸੇਵਾ ਸੋ ਜਿਹੜੀ ਧਨ ਦੀ ਸੇਵਾ ਹੈ ਉਹ ਜਦੋਂ ਵਿਖਾਵੇ ਤੋਂ ਰਹਿਤ ਹੋਵੇ ਨਾ ਤੇ ਫਿਰ ਬੜੀ ਪ੍ਰਵਾਨ ਹੈ ਬੜੀ ਪ੍ਰਵਾਨ ਬਹੁਤ ਸਾਲ ਪਹਿਲੇ ਮੈਂ ਇੱਕ ਵਾਰ ਪੌਂਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ ਉੱਥੇ ਇੱਕ ਗੱਲ ਸੁਣਨ ਨੂੰ ਮਿਲੀ ਕਹਿੰਦੇ ਜਦੋਂ ਬੜੀ ਪੁਰਾਣੀ ਗੱਲ ਹੋ ਗਈ ਲਗਭਗ 50 ਸਾਲ ਪੁਰਾਣੀ ਹੋਣੀ ਹੈ ਗੱਲ ਉਸ ਤੋਂ ਵੀ ਜ਼ਿਆਦਾ ਹੋ ਸਕਦਾ ਸਮਾਂ ਹੋਵੇ ਕਹਿੰਦੇ ਜਦੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਰਹੀ ਸੀ ਨਾ ਤੇ ਉਦੋਂ ਕੋਈ ਬਹੁਤਾ ਇੰਤਜ਼ਾਮ ਨਹੀਂ ਸਨ ਅੱਜ ਕੱਲ੍ਹ ਤਾਂ ਸੱਚਮੁੱਚ ਮਾਇਆ ਬੜੀ ਆ ਜਾਂਦੀ ਹੈ ਤੇ ਕਹਿੰਦੇ ਬਹੁਤਾ ਇੰਤਜ਼ਾਮ ਨਹੀਂ ਸਨ ਤੇ ਲੋਕਾਂ ਨੂੰ ਬੇਨਤੀਆਂ ਕੀਤੀਆਂ ਜਾਂਦੀਆਂ ਸੀ ਵੀ ਬਿਲਡਿੰਗ ਬਣਦੇ ਤੇ ਇਹਦੇ ਲਈ ਮਾਇਆ ਭੇਜੋ ਇੱਕ ਦਿਨ ਦੇਖਿਆ ਕਿ ਬਾਹਰ ਇੱਕ ਟਰੱਕ ਖੜਾ ਹੋਇਆ ਤੇ ਟਰੱਕ ਦੇ ਵਿੱਚ ਸਰੀਆ ਭਰਿਆ ਹੋਇਆ ਉਹ ਟਰੱਕ ਖੜਾ ਹੈ ਕਈ ਵਾਰੀ ਆਉਂਦੇ ਜਾਂਦੇ ਕੋਈ ਟਰੱਕ ਡਰਾਈਵਰ ਰੁਕਦੇ ਨੇ ਲੰਗਰ ਛਕਦੇ ਨੇ ਰਾਤ ਰੁਕਦੇ ਨੇ ਫਿਰ ਚਲੇ ਜਾਂਦੇ ਨੇ ਪਰ ਉਹ ਦੋ ਤਿੰਨ ਦਿਨ ਟਰੱਕ ਉੱਥੇ ਹੀ ਖੜਾ ਕੋਈ ਬੰਦਾ ਨਹੀਂ ਕੋਈ ਕੁਝ ਨਹੀਂ ਪ੍ਰਬੰਧਕਾਂ ਨੇ ਵੇਖਿਆ ਵੀ ਟਰੱਕ ਖੜਾ ਤੇ ਕੋਈ ਨਹੀਂ ਆਇਆ ਖਿੜਕੀ ਖੋਲੀ ਉਹਦੇ ਵਿੱਚੋਂ ਪੇਪਰ ਕੱਢੇ ਤੇ ਕੀ ਲਿਖਿਆ ਕਿ ਪੇਪਰ ਜਿਹੜੇ ਨੇ ਉਹ ਗੁਰਦੁਆਰਾ ਪੌਂਟਾ ਸਾਹਿਬ ਦੇ ਨਾਮ ਤੇ ਨੇ ਉਸ ਟਰੱਕ ਦੇ ਪੇਪਰ ਗੁਰਦੁਆਰਾ ਸਾਹਿਬ ਦੇ ਨਾਮ ਤੇ ਨੇ ਤੇ ਜਿਹੜਾ ਸਰੀਆ ਪਿਆ ਉਹਦਾ ਬਿੱਲ ਵੀ ਗੁਰਦੁਆਰਾ ਸਾਹਿਬ ਦੇ ਨਾਮ ਤੇ ਹੈ ਤੇ ਨਾਲ ਇੱਕ ਛੋਟੀ ਜਿਹੀ ਚਿੱਠੀ ਲਿਖੀ ਕਿ ਇਹ ਦਾਸ ਵੱਲੋਂ ਸੇਵਾ ਪ੍ਰਵਾਨ ਕੀਤੀ ਜਾਵੇ ਇੱਥੇ ਜਿਹੜੀ ਕਾਰ ਸੇਵਾ ਹੋ ਰਹੀ ਹੈ ਇਹ ਟਰੱਕ ਦਾ ਉੱਥੇ ਇਸਤੇਮਾਲ ਕੀਤਾ ਜਾਵੇ ਤੇ ਸਰੀਆ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਾਸਤੇ ਇਸਤੇਮਾਲ ਕੀਤਾ ਜਾਵੇ ਅੱਜ ਤੱਕ ਨਹੀਂ ਪਤਾ ਕਿ ਉਹ ਸੇਵਾ ਕਿਸ ਨੇ ਕੀਤੀ ਇਹਨੂੰ ਕਹਿੰਦੇ ਨੇ ਜੇ ਕਿਤੇ ਸੇਵਾ ਕੀਤੀ ਕਿੰਨੀ ਪ੍ਰਵਾਨ ਹੈ ਦੁਪਤ ਸੇਵਾ ਨਹੀਂ ਤੇ ਅਸੀਂ ਤਾਂ ਬੜਾ ਕੁਝ ਇਸ ਤਰੀਕੇ ਨਾਲ ਕਰਦੇ ਹਾਂ
बड़े अपने विखाव्या दे विच आने आ, पर जदों इस तरीके दे नाल व्यक्ति गुप्त रह के किते धन दी सेवा करे ते ओ सेवा प्रवान है। किसी दी लोड़ हुंदी है, किसी दी मदद हुंदी है, कीती जानी चाहीदी है। अज बड़ियां संस्थावां ऐसियां बणियां ने जिहड़ियां संस्थावां बच्चियां दी पढ़ाई दे लई, बच्चियां दे ब्याह शादियां दे लई, किसी दी आपां गल करिए कि हस्पतालां दे विच किसी दी लोड़ है उहदे वास्ते खर्च, बड़ियां ऐसियां संस्थावां ने। हुण जदों आपां गल करदे आ कि सब तों उत्तम सेवा पातशाह ने हत्थी सेवा मन्नी है, आ पिछले 2 साल तों आपां करोना वाले काल दे विचों निकल रहे हां, ते इन्हां 2 सालां दे विच साडी इस हत्थी सेवा दा दुनिया तक बहुत वधिया मैसेज पहुंचे है। घरां दे विच जिहड़े लोड़वंद ने उहनां नूं लंगर पाणी पहुंचाया गया, दवाइयां पहुंचाईयां गईयां, जिथे किसी नूं किसी तरीके की जरूरत है। केवल इत्थे आपां दिल्ली दी जां पंजाब दी गल नहीं करदे पए, केवल हिंदुस्तान की गल नहीं करदे पए, दुनिया के वड्डे वड्डे देशां विच तुसीं सारे ने, अज सोशल मीडिया का समय है, सानूं बड़े सारे मैसेज मिले ने। अमेरिका वर्गे देश दे विच जिहड़ा बड़ा डिवेलप कंट्री मनिया जांदा है, उन्होंने भी जदों यह समा आया तो गुरद्वारा साहिबान नूं रिक्वेस्ट कीतियां भी सानूं इन्ने समय दे विच इन्ना लंगर चाहिए है, और तैयार करके दिता गया, भेजा गया। यह लंगर की सेवा जिहड़ी है इसने अज साडी सारी दुनिया में पहचान बनाई है। बड़ियां साडियां संस्थावां ने, दिल्ली सिख गुरुद्वारा मैनेजमेंट कमेटी जिन्हां वल्लों चलाए जा रहे कॉलेज दे विच आपां इत्थे अज इस विषय ते विचार कर रहे हां, इस कमेटी वल्लों भी बड़ियां सारियां सेवावां कीतियां गईयां, बड़े सारे इस तरीके दे उपराले कीते गए, बड़े सारे ऐसे लोग ने जिन्हां नूं नहीं पता भी असीं की करना है, वह फिर जिहड़ी अपनी धन दी सेवा है वह इहो जिहियां संस्थावां दे हवाले कर दिंदे ने, तां जो भी असीं कुछ नहीं कर सकते ऐसियां संस्थावां नूं दे दित्ता जावे जिहड़ियां संस्थावां इह सेवावां करदियां ने। अज दुनिया विच किते भी किसे नूं कोई परेशानी होवे तां उत्थे सिख संस्थावां पहुंचदियां ने, सेवावां करदियां ने। किते कोई भूचाल आ गया है, किते कोई हड़ आ गया है, किते कुछ भी है, यह सब कुछ सिख संस्थावां उत्थे पहुंच के करदियां करदियां। तां ही तां आपां कई वारी मैसेज पढ़दे हां कहिंदे जे किते मुसीबत आ जावे ते सरकार वल ना देखो, सरदार वल देखो। बड़े सारे ऐसे मैसेज सानूं आते हैं, पर इहदे विच सच्चाई भी है। गुरु साहिबान ने यह सब कुछ आपां हुणे गल कर रहे सी दूसरे और तीसरे पातशाह जी, गुरु साहिबान ने आप यह सब कुछ करके यह सानूं सिखाया। सेल्फलैस सर्विस, उन्हें वीर हरप्रीत सिंह जी जिक्र कर रहे सन, एक सर्विस होंदी है, कोई व्यक्ति जॉब करता है कितने कहते मैं सर्विस कर रहा, सेवा का जो आप इंग्लिश के अर्थ वेखिए तो सर्विस किया जाता है, पर इतने सर्विस भाव सेल्फलैस सर्विस, जिहड़ी तुसीं जॉब करते हो सर्विस करते हो उसके बदले तुहानूं पे मिलती है, तुहानूं पैसा मिलता है, पर इतने जिहड़ी सेवा है वह निष्कामता की भावना के नाल होनी। ਆਪਾਂ ਸੁਖਮਣੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਸੇਵਾ ਕਰਤ ਹੋਏ ਨਹਿਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਜਿਹੜਾ ਨਿਸ਼ਕਾਮਤਾ ਦੇ ਨਾਲ ਸੇਵਾ ਦੇ ਵਿੱਚ ਜੁੜਦਾ ਹੈ, ਨਿਸ਼ਕਾਮ ਭਾਵਨਾ ਦੇ ਨਾਲ, ਕਿਸੇ ਚੀਜ਼ ਦੀ ਪ੍ਰਾਪਤੀ ਦੀ ਕੋਈ ਇੱਛਾ ਨਹੀਂ ਹੈ, ਕੋਈ ਕਾਮਨਾ ਨਹੀਂ ਹੈ, ਕਿਸੇ ਚੀਜ਼ ਦੀ ਐਸੀ ਇੱਛਾ ਨਹੀਂ ਹੈ, ਪਰ ਉੱਥੇ ਪ੍ਰਾਪਤੀ ਸਭ ਤੋਂ ਵੱਡੀ ਹੈ। ਅਤੇ ਜਦੋਂ ਕਦੋਂ ਬਾਬਾ ਪ੍ਰਿਥੀ ਚੰਦ ਜੀ ਵਾਂਗ मन दे विच कुछ प्राप्ति की कोई इच्छा धार ले जाए तो फिर बड़ा कुछ खराब हो जाता है, खत्म हो जाता है, वह सेवा प्रवान नहीं है, सेवा प्रवान नहीं है। सेवा करनी है वाहिगुरु की सेवा करनी है, और वाहिगुरु की सेवा भाव जड़े खलकत है सब दे विच वाहिगुरु मौजूद है, भाव सारी खलकत की सेवा की जाए। कहते पढ़िए साखी भाई कन्हैया जी वाली, भाई कन्हैया जी सेवा कर रहे हैं बिल्कुल सैल्फलैस होके, उन्होंने यह भी नहीं पता कि जिसन मैं जल छका रहा वह कौन है, उन्होंने सारिया के वाहगुरु नज़र आ रहा है। तो अज भाई कन्हैया जी की सेवा असं सारे बड़े माण के नाल सुनते हैं, और कितने जिक्र हो करते भी हाँ। तो भाई कन्हैया जी वालों चलाई गई एक संपर्दा, भाई कन्हैया जी के नाम से सेवा पंथी संपर्दा,
साढ़े पंथ में चलती है। सेवा पंथी बड़े सारे डेरे ने सेवा पंथी महापुरुषों के जो सेवा के नाम के नाल जिन्होंने सेवा करके लोगों के अपना इस तरीके प्यार बनाया है कि गुरसिखी के नाल जुड़े और सिखी की इस सेवा भावना उन्होंने बड़ी दूर दूर तक पहुँचाया सेवा पंथी संपर्दा वालों। और सेवा पंथी संपर्दा के जो आप महापुरुषों की गल करते हैं उन्होंने एक बड़ी वड्डी गल मैं पढ़ी है। वो कहते जो कोई एक महापुरुष अकाल चलाना कर जाते हैं तो दूसरे महापुरुष जड़े गद्दी ते बैठते हैं तो जिस महापुरुष ने अकाल चलाना किया जे वो अपना कहते ने भी गद्दी ते बैठन वेले जिन्नियां सेवावां कीतियां ने उहदा अंदाजा वो इस गल तो लगाते हैं भी वह डेरे उत्ते करजा किन्ना छड़ के गए। अज असीं कहने आ कि वह एफडीज किन्नियां ने साडे कोल अज असीं प्राप्ति यह समझते हाँ भी साढ़े इस संस्थान ने इन्ना कुछ किया है साढ़िया एफडीज कि साढ़े को जुड़िया कि होया है पर सेवा पंथी महापुरुष जड़े ने वह सेवा की भावना इस तरीके दे नाल मनदे ने कि यह जिनी ज़्यादा सेवा कर गया मतलब जिन्ना माया जिनी संगतों को मिली उस तो बावजूद इन्होंने करजा चुक कि होर सेवा की जिन्ना ज़्यादा करजा छड़ के जाएगा उन्ना वड्डा सेवादार मनिया जाएगा। फिर उस संपर्दा दे विच जदों एक महापुरुष जाते हैं दूसरे बैठते हैं तो उन्होंने सेवा के निशानी वजो एक झाड़ू दिता जाता कि सेवा के नाल जुड़ना है एक झाड़ू दिता जाता है ये इस गल की निशानी है ये एहसास करवाया जाता है कि असी सेवा के लिए इतने बैठे हैं इतने जोड़ा काम कर रहे हैं जी सेवा दे नाल जुड़े हाँ इतने असी बैठे हैं। हुण आपां जिथों गल आरंभ की कि पातशाह ने सेवा नूं बराबरी का स्थान दिता यह नहीं कि पूजा करने वाला उच्चा ते खिदमत करने वाला नीवा पातशाह ने इस सेवा नूं आदर योग धार्मिक साधना बनाया कि जिहड़ा भी सेवा कर रहा है हुण जदों असीं किते धर्म स्थान ते जाने हाँ किसी गुरधाम ते जाने हाँ जिहड़ा भी व्यक्ति सानूं सेवा करदा नज़र आउंदा साढ़े मन विच उहदे लई इक सत्कार बन जांदा है साढ़े मन विच इक सत्कार पैदा हो जांदा ये आदर योग पातशाह ने बनाया इस सेवा तो जे आप दूसरे तरीके देखिए तो जे कोई उस जात प्रबंध के हिसाब से सेवा करता हो जो व्यक्ति सफाई वाली सेवा कर रहा होगा साढ़े वास्ते सफाई मजदूर है वह कर्मचारी है पर नहीं इतने असं देखते हाँ जो असं किसी धार्मिक स्थान पर जाइए कि व्डे तो व्डे घर के लोग वो इतने उस तरीके सेवा कर रहे हैं जिमें आम तौर पर घर मुलाजम करते पे पर हाँ गल फिर उठे है सेवा करन दा जिहड़ा जज्बा है जिहड़ी भावना है वह जो व्यक्ति आपां हुणे गल कीती निष्कामता दे नाल जदों सेवा करेगा सेवा नाल जुड़ेगा तो बड़े सारे गुण अंदर पैदा होणगे जिन्हां विचों सब तो वड्डा गुण है निम्रता जे निम्रता होएगी तो व्यक्ति सेवा कर पाएगा हौमे वाला कोई बंदा सेवा नहीं जे कर पाएगा जिद होमे होएगी वह तो अपने आप को दूजे नालों वड्डा समझेगा वो कहेगा मैं इन्हां दे नाल सेवा क्यों करा मेरा तो स्थान उच्चा है निम्रता होएगी निम्रता वाला व्यक्ति सेवा करता है क्योंकि सेवा करने की भावना एक निम्र मन दे विच आ सकती होमे नाल परे हंकारी परे मन दे विच सेवा वाली भावना पैदा नहीं हो सकती जदों व्यक्ति होमे दे विच होएगा तो फिर वो समझेगा कि मैं करवाना है मैं करना नहीं पर गुरु साहब ने जिथे आप यह गल कही करन वास्ते सेवा की गल की उथे पातशाह ने नाल दी नाल आप सेवावां करके दिखाईयां आप दो गुरु साहबान का जिक्र किया कि उन्होंने गुरदा गद्दी प्राप्त करने तो पहला सेवावां कीतियां पर गुरदा गद्दी करने तो बाद भी उन्होंने सेवावां जारी रही केवल पहले ही नहीं कि गुरदा गद्दी ते बैठन तो बाद उन्होंने सेवावां बंद हो गई नहीं गुरु साहबान आप हथी सेवावां करते रहे इतिहास के एक घटना पंचम पातशाह के समय की मिलती है कहते कुछ संगत काबुल इलाके दर्शन कर आईया पातशाह के पंचम पातशाह उस वक्त गुरदा गद्दी ते विराजमान सन दर्शन कर आईया दरबार साहब रात का समा हो गया सी जिन्हें भी
प्रमुख सेवादार सन सारे बाबा बुढ़ा जी भाई गुरदास जी सब आराम से चले गए। बारों किसे गुरसिख ने आके पातशाह नूं इह दस्या कि कुछ संगतां बारों आ रही ने, ते पातशाह आप उठ के बार गए। हुण उहनां विचों कोई भी पातशाह नूं पहचानदा नहीं सी, ते जदों पातशाह उत्थे गए उहनां नूं मिले, उह कहिंदे जी असीं गुरु साहिब नूं मिलणा है, ते असीं अंदर जा रहे हां, ते तुसीं इत्थे साडे जोड़े पए ने, ते इहनां दा ध्यान रखो। पातशाह उन्हां जोड़िया कोल बैठे, वह सारी संगत अंदर चली गई। पातशाह ने उन्हां जोड़िया की सफाई की। हुण अंदर गए तो अंदर पता लगा कि पातशाह तो इत्थे है नहीं। जब तक पता लग गया बाबा बुढ़ा जी भी उठ के आ गए। उन्होंने पूछा कि पातशाह कित्थे ने, बाबा जी कहिंदे इत्थे तो आराम कर रहे सन, मैं हुणे पता करदा। बाबा बुढ़ा जी बाहर गए तो की देखे है कि पंचम पातशाह उन्हां संगतां दे जोड़े झाड़ते। इस सेवा की भावना केवल गुरु साहब ने सानू सिखाई नहीं है, पातशाह ने आप भी सेवा की। जिहड़ा कुछ किया आप जो भी बाणी पढ़ते हाँ, जिहड़े भी सिखिया पातशाह ने सानू गुरबाणी द्वारा दिती है। पातशाह ने जो कहा कि इन्हां विकारां तो बचना है, तो पातशाह ने आप बच के भी दिखाया है। पातशाह ने जो कहा कि मोह नहीं करना, तो आप ये दिखाया है। परिवारक मोह तो उच्चे उठ के उदासियां ते गए ने, परिवारक मोह तो उच्चे उठ के दसवें पातशाह ने अपने सामने अपने साहबजादों नूं शहीद करवाया है। ये सब कुछ सानू दसिया पातशाह करके दिखाया, केवल उपदेश वास्ते कोई गल नहीं की। अज बहुतियां गल्लां उपदेश वास्ते होंदियां ने, पर हमेशा दी गल है कि जदों तक जिहड़ा व्यक्ति कोई गल कर रहा है, जे वह आप उस ते पालना नहीं कर रहा, तो उहदा कोई असर नहीं। यह गुरु साहब की कृपा है साडे ते। पातशाह ने सानू जो कुछ सिखाया। हुण आपां जदों गल करदे आं सेवा दे पक्खां दी, सेवा नूं बड़े वड्डे पद्धर ते पातशाह ने आप ही शुरुआत करवाई। सब तो वड्डी गल जदों आपां गल करदे आं लंगर की सेवा की गल, उस तो बाद अजकल तां बड़ा कुछ आपां हुणे गल कर रहे कि बहुत कुछ बदल गया। हुण तां गुरुद्वारा साहिब आने दे विच हालत दे विच एसी लग गए ने, कूलर पखे बड़ा कुछ लगे है। पहला पखा झलण की सेवा भी की होंगी सी, पानी दियां टूटियां लग गईयां ने, पहला जल छकाण दियां सेवावां बड़ियां होंदियां सन। हुण तां बड़ियां सारियां सेवावां सानू इस तरीके नाल आटोमैटिक मिली जांदियां ने, जिहदे ते सानू पता यतन नहीं करना पैंदा। पर वह बड़ा कुछ ऐसा सी जदों आपां बाणी विच पढ़दे हां सेवा बारे, तां धन गुरु नानक साहिब महाराज कहिंदे ने विच दरगाह सेव कमाई है, विच दुनिया सेव कमाई है, तां दरगाह बैसण। हुण सेवा दा फल की है कि जदों तुसीं दुनिया दे विच सेवा कर रहे हो, सेवा कमा रहे हो, तां तुहानूं परमात्मा दी दरगाह दे विच माण मिलेगा, दरगाह दे विच बैठना मिलेगा, भाव तुसीं उत्थे कबूल हो रहे हो, प्रवान हो रहे हो जे तुसीं सेवा कर रहे हो। हुण सेवा फिर उत्थे गल आ जाती है कि सेवा करन दे नाल जे किते अपने मन में हौमे आ जाए तो वह सेवा प्रवान नहीं है। पंचम पातशाह की एक पंक्ति है, मान अभिमान मंदे सो सेवक ना है। जिहड़ा मान विच आ गया अभिमान विच आ गया वह सेवक नहीं है, वह सेवा दे उहदी सेवा प्रवान नहीं है। आपां दोनों पक्खां ते विचार कीती है कि जिस दे अंदर हौमे आ गई, जिस दे अंदर हंकार आ गया, वह गुरु की नज़र दे विच प्रमाण नहीं मनिया जा सकता। गुरबाणी विच भी आपां पढ़े, आपां इतिहासक पक्ष तों भी वेखे है, जदों आपां बाबा पृथ्वी चंद जी की गल कीती है कि प्रमाणगी नहीं है उस गल कि कोई कहे कि मैं सेवा कर रहा तो मेरे तो बिना तो कोई होर कर ही नहीं सकता। अज ऐसिया बड़िया गल्लां सानूं सुणन नूं मिल जांदियां कि जो मैं कर दिता है जी वह होर कोई नहीं कर सकता, मेरे तो बाद होर कोई नहीं कर सकता। ये हौमे दियां हंकार दियां गल्लां नहीं, ते गुरु साहब ने हौमे हंकार नूं कदे प्रवान नहीं किया। गुरु घर विच निम्रता प्रवान है, निम्रता दे नाल जिहड़ा व्यक्ति गुरु कोल आया है उहनूं केवल
ਨਿਮਰਤਾ ਬਣ ਕੇ ਨੀਵਾਂ ਬਣ ਕੇ ਆਇਆ ਤੇ ਉਹਨੂੰ ਮਿਲਿਆ ਸਥਾਨ ਉੱਚਾ ਆਪਸ ਕੋ ਜੋ ਜਾਣਿਆ ਨੀਚਾ ਸੋ ਬਣਿਆ ਸਭ ਤੇ ਉੱਚਾ ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝ ਕੇ ਨਿਮਰਤਾ ਦੇ ਵਿੱਚ ਹੋ ਕੇ ਆ ਕੇ ਗੁਰੂ ਦੇ ਦਰ ਤੇ ਆਉਂਦਾ ਹੈ ਤੇ ਉਹ ਫਿਰ ਉੱਥੇ ਉੱਚਾ ਗਿਣਿਆ ਜਾਂਦਾ ਤੇ ਜਿਹੜਾ ਉੱਚਾ ਬਣੇ ਉੱਚਾ ਬਣ ਕੇ ਆਵੇ ਉਹ ਪ੍ਰਵਾਨਗੀ ਵਿੱਚ ਨਹੀਂ ਹੈ ਉਹ ਕਿਤੇ ਵੀ ਪ੍ਰਵਾਨਗੀ ਵਿੱਚ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਗੁਰਬਾਣੀ ਦੀ ਗੁਰਬਾਣੀ ਦੀ ਕਿਉਂਕਿ ਆਪਣਾ ਜਿਹੜਾ ਇਹ ਕੋਰਸ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਤੇ ਕੋਰਸ ਹੈ ਗੁਰੂ ਸਾਹਿਬ ਜੀ ਦੀ ਵੱਖ ਵੱਖ ਆਪਾਂ ਵਿਸ਼ਿਆਂ ਨੂੰ ਸੇਵਾ ਵੀ ਉਹਨਾਂ ਵਿੱਚੋਂ ਇੱਕ ਵਿਸ਼ਾ ਹੈ ਜਿਹਦੇ ਤੇ ਆਪਾਂ ਜ਼ਿਕਰ ਕਰ ਰਹੇ ਹਾਂ ਤੇ ਸਾਨੂੰ ਇਹ ਗੱਲ ਬਾਰ ਬਾਰ ਮਿਲਦੀ ਹੈ ਪਿਛਲੇ ਲੈਕਚਰਸ ਵਿੱਚ ਵੀ ਆਪਾਂ ਸੁਣੀ ਹੈ ਕਿ ਸਾਨੂੰ ਆਪਣੇ ਅੰਦਰ ਗੁਣ ਭਰਨੇ ਨੇ ਗੁਣਾਂ ਦੇ ਨਾਲ ਹੀ ਸਾਰੀ ਪ੍ਰਾਪਤੀ ਹੈ ਜਦੋਂ ਤੱਕ ਗੁਣ ਨਹੀਂ ਹੋਣਗੇ ਕੋਈ ਪ੍ਰਾਪਤੀ ਨਹੀਂ ਹੈ ਤੇ ਜਿਹੜੀ ਸੇਵਾ ਇਹਦੇ ਨਾਲ ਇੱਕ ਗੁਣ ਸਾਡੇ ਅੰਦਰ ਹੋਰ ਮਿਲਦਾ ਹੈ ਨਿਮਰਤਾ ਜਦੋਂ ਆ ਜਾਂਦੀ ਹੈ ਤਾਂ ਇੱਕ ਗੁਣ ਆਉਂਦਾ ਕਿ ਸਾਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਖਲਕ ਵਿੱਚ ਖਾਲਕ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਪਰਮਾਤਮਾ ਸਭ ਦੇ ਵਿੱਚ ਕਿਉਂਕਿ ਜਿਸ ਵਿਅਕਤੀ ਨੂੰ ਦੂਸਰਿਆਂ ਦੇ ਵਿੱਚ ਪਰਮਾਤਮਾ ਨਜ਼ਰ ਆਏਗਾ ਤਾਂ ਉਹਦੀ ਸੇਵਾ ਲਈ ਫਿਰ ਤਿਆਰ ਹੋਏਗਾ ਸੇਵਾ ਦਾ ਇੱਕ ਹੋਰ ਵੱਡਾ ਵੱਡਾ ਗੁਣ ਹੈ ਕਿ ਵਿਅਕਤੀ ਆਲਸੀ ਨਹੀਂ ਰਹਿੰਦਾ ਉਦਮੀ ਬਣ ਜਾਂਦਾ ਉਦਮ ਆ ਜਾਂਦਾ ਸੇਵਾ ਕਰਨ ਵਾਸਤੇ ਜਦੋਂ ਉਦਮ ਕਰਦਾ ਹੈ ਆਲਸ ਨੂੰ ਤਿਆਰ ਆਲਸੀ ਬੰਦਾ ਕਦੇ ਕੋਈ ਕੰਮ ਕਰਕੇ ਕਰ ਹੀ ਨਹੀਂ ਸਕਦਾ ਤੇ ਜਦੋਂ ਅਸੀਂ ਸੇਵਾ ਕਰਨੀ ਹੈ ਤੇ ਇਹਦੇ ਵਿੱਚ ਇਹ ਚੀਜ਼ ਹੈ ਉਦਮ ਕਰੇਗਾ ਤਾਂ ਹੀ ਕੁਝ ਜਾ ਕੇ ਗੁਰਦੁਆਰਾ ਸਾਹਿਬ 'ਚ ਸੇਵਾ ਕਰ ਪਾਏਗਾ ਫਿਰ ਜਦੋਂ ਨਿਮਰਤਾ ਆਉਂਦੀ ਹੈ ਤਾਂ ਪਾਤਸ਼ਾਹ ਕਹਿੰਦੇ ਨੇ ਜਿਹੜਾ ਨਿਮਰਤਾ ਦੇ ਨਾਲ ਆਪਣੇ ਆਪ ਨੂੰ ਪਾਵ ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਣ ਫਿਰ ਉਹਨੂੰ ਮਾਣ ਮਿਲਦਾ ਗੁਰੂ ਦੇ ਸਾਹਮਣੇ ਗੁਰੂ ਵੱਲੋਂ ਮਾਣ ਮਿਲਦਾ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨਗੀ ਹੈ ਜਿਸ ਨੇ ਆਪਣਾ ਆਪ ਗਵਾਇਆ ਆਪਣੀ ਹੋਮੇ ਨੂੰ ਖਤਮ ਕੀਤਾ ਤੇ ਬਸ ਇਸ ਚੀਜ਼ ਦਾ ਇੱਕ ਧਿਆਨ ਰੱਖਣਾ ਹੈ ਅਸੀਂ ਕਿ ਜਿਹੜਾ ਆਪਾਂ ਇਸ ਗੁਰਬਾਣੀ ਦੀ ਪੰਕਤੀ ਨੂੰ ਆਪ ਗਵਾਏ ਸੇਵਾ ਕਰੇ ਤਾਂ ਕਿ ਛੁਪਾਏ ਮਾਣ ਇਸ ਮਾਣ ਨੂੰ ਗੁਮਾਣ ਵਿੱਚ ਨਹੀਂ ਬਦਲਣਾ ਇਹ ਮਾਣ ਜਿਹੜਾ ਗੁਰੂ ਵੱਲੋਂ ਮਿਲਿਆ ਨਾ ਇਹਨੂੰ ਗੁਮਾਣ ਵਿੱਚ ਨਹੀਂ ਬਦਲਣਾ ਨਹੀਂ ਤਾਂ ਕਿਤੇ ਜਦੋਂ ਪ੍ਰਾਪਤੀਆਂ ਹੋ ਜਾਣ ਨਾ ਤੇ ਉਹਨਾਂ ਪ੍ਰਾਪਤੀਆਂ ਦਾ ਵੀ ਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ ਆਪਾਂ ਹੁਣੇ ਗੱਲ ਕਰ ਰਹੇ ਹਾਂ ਕਿ ਬੰਦੇ ਵਿੱਚ ਹੋਮੇ ਕਿਸ ਚੀਜ਼ ਦੀ ਆਉਂਦੀ ਹੈ ਕਿਸੇ ਕੋਲ ਵਿਦਵਤਾ ਜ਼ਿਆਦਾ ਹੈ ਉਹ ਵਿਦਵਾਨ ਬਣ ਗਿਆ ਹੈ ਉਹਨੂੰ ਹੋਮੇ ਹੋ ਗਈ ਜਿਹਦੇ ਕੋਲ ਪੈਸਾ ਜ਼ਿਆਦਾ ਉਹ ਧਨਵਾਨ ਬਣ ਗਿਆ ਹੈ ਉਹਨੂੰ ਹੋਮੇ ਹੋ ਗਈ ਕਿਸੇ ਕੋਲ ਤਾਕਤ ਜ਼ਿਆਦਾ ਬਲ ਜ਼ਿਆਦਾ ਉਹ ਬਲਵਾਨ ਬਣ ਗਿਆ ਉਹਨੂੰ ਹੋਮੇ ਹੋ ਗਈ ਹੁਣ ਜਿਹੜੀ ਕਿਤੇ ਕੋਈ ਪ੍ਰਾਪਤੀ ਹੋ ਗਈ ਹੈ ਜਿਹੜਾ ਮਾਣ ਮਿਲ ਗਿਆ ਕਿ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲਿਆ ਅਸੀਂ ਇਹ ਵੀ ਗੱਲ ਸਮਝਣੀ ਹੈ ਕਿ ਜੇ ਮਾਣ ਮਿਲਿਆ ਉਸ ਮਾਣ ਨੂੰ ਗੁਮਾਣ ਵਿੱਚ ਨਹੀਂ ਬਦਲਣਾ ਨਿਮਰਤਾ ਵਿੱਚ ਰਹਿ ਕੇ ਆਪਣੀ ਇਸ ਸੇਵਾ ਦੇ ਵਿੱਚ ਲੱਗੇ ਰਹਿਣਾ ਇਹ ਸੇਵਾ ਪ੍ਰਵਾਨ ਹੀ ਤਾਂ ਹੈ ਇਹ ਸੇਵਾ ਪ੍ਰਵਾਨ ਹੀ ਤਾਂ ਹੈ ਪਾਤਸ਼ਾਹ ਕਹਿੰਦੇ ਨੇ ਸਾਹ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ ਉਹ ਸੇਵਾ ਸਫਲ ਹੈ ਜਿਸ ਦੇ ਨਾਲ ਗੁਰੂ ਦਾ ਮਨ ਮੰਨ ਗਿਆ ਹੁਣ ਦੇਖੋ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਆਪਾਂ ਸਾਰੇ ਬੱਚਿਆਂ ਵਾਲੇ ਹਾਂ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਆਪਾਂ ਸਕੂਲ ਭੇਜਦੇ ਹਾਂ ਤੇ ਜਦੋਂ ਬੱਚੇ ਨੂੰ ਟੀਚਰ ਐਪਰੀਸ਼ੀਏਟ ਕਰਦਾ ਉਹਦੀ ਕਿਸੇ ਗੱਲੋਂ ਤਾਰੀਫ ਕਰਦਾ ਤੇ ਬੱਚਾ ਘਰ ਆ ਕੇ ਕੀ ਦੱਸਦਾ ਕਿ ਅੱਜ ਮੈਡਮ ਨੇ ਮੇਰੇ ਵਾਸਤੇ ਕਲੈਪਿੰਗ ਕਰਵਾਈ ਅੱਜ ਮੈਡਮ ਨੇ ਮੈਨੂੰ ਸ਼ਾਬਾਸ਼ੀ ਦਿੱਤੀ ਅੱਜ ਮੈਡਮ ਨੇ ਮੈਨੂੰ ਖੜਾ ਕਰਕੇ ਵੈਰੀ ਨਾਈਸ ਕਿਹਾ ਵੈਰੀ ਗੁੱਡ ਕਿਹਾ ਇਹ ਟੀਚਰ ਦੀ ਖੁਸ਼ੀ ਹੈ ਤੇ ਪਾਤਸ਼ਾਹ ਨੇ ਸਾਹ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ ਜੇ ਗੁਰੂ ਖੁਸ਼ ਹੋ ਗਿਆ ਗੁਰੂ ਪ੍ਰਵਾਨ ਹੋ ਗਿਆ ਗੁਰੂ ਨੇ ਤੁਹਾਨੂੰ ਐਪਰੀਸ਼ੀਏਟ ਕੀਤਾ ਤੇ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਇਸ ਤੋਂ ਵੱਡੀ ਹੋਰ ਕੋਈ ਪ੍ਰਾਪਤੀ ਨਹੀਂ ਹੈ ਬੱਚੇ ਦੇ ਵਾਸਤੇ ਟੀਚਰ ਦੀ ਖੁਸ਼ੀ ਸਭ ਤੋਂ ਵੱਡੀ ਗੱਲ ਹੈ ਇੱਕ ਗੁਰਸਿੱਖ ਦੇ ਵਾਸਤੇ ਸਤਿਗੁਰ ਦੀ ਖੁਸ਼ੀ ਪ੍ਰਾਪਤ ਕਰਨੀ ਬੜੀ ਵੱਡੀ ਗੱਲ ਹੈ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੈ ਜੇ ਅਸੀਂ ਆਪਣੇ ਗੁਰੂ ਦੀ ਖੁਸ਼ੀ ਦੇ ਪਾਤਰ ਬਣ ਸਕੀਏ ਗੁਰੂ ਦੀ ਕਿਰਪਾ ਦੇ ਪਾਤਰ ਬਣ ਸਕੀਏ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਤੇ ਇਸ ਦੇ ਲਈ ਜਿਹੜੀ ਅਸੀਂ ਸੇਵਾ ਕਰ ਰਹੇ ਹਾਂ ਜਿਸ ਸੇਵਾ ਦੇ ਨਾਲ ਜੁੜੇ ਹਾਂ ਇਹ ਸੇਵਾ ਦੇ ਨਾਲ ਅਸੀਂ ਜੁੜ ਕੇ ਫਿਰ ਉੱਥੇ ਗੱਲ
जिन्नी देर तक निम्रता दे विच रह के सेवा करदे रहांगे गुरु की खुशी के पात्र बनते रहे। जो कि थोड़ा जहा भी इधर उधर हो गए तो फिर काम खराब होना शुरू हो जाता, मन में कि आ जाए कि है जो कुछ भी हो रहा है मेरे करके ही हो रहा है, मेरे करके ही हो रहा है। देखो जी गुरुद्वारा साहब की बिल्डिंग एड्डी वड्डी ये मैं ही बनाई है, जदों का मैं प्रधान बनया या मैं कैशियर बनया या मैं सकत्र बनया उदों का यह सारा कुछ आरंभ होया। उस तो पहले कुछ भी नहीं सी, आम तौर पर असं बड़िया इस तरह दल्ला सुनते हैं पर नहीं, गल निम्रता नाल आ रही है। निम्रता जो होएगी तो सानू यह सारा कुछ समझ आएगा, साढ़े अंदर गुण पैदा होंगे जो असी सेवा नाल जुड़ांगे, साड़ी गुरु की खुशी सानू मिलेगी, निष्कामता भावना नाल जो असी सेवा करांगे सारिया प्राप्तियां जड़िया एक व्यक्ति दे कोल होनिया चाहिदिया ने अध्यात्मक पद्धर दे उत्ते। दुनियावी पद्धर ते तो असी बड़िया प्राप्तियां कर लैने, दुनियावी पद्धर ते तो जड़िया प्राप्तियां ने उहदे वास्ते मेहनत चाहिए है, उहदे वास्ते मेहनत मशक्कत असी करदे हां, पर जड़ी प्राप्ति अध्यात्मक जीवन दे लई होनी है उहदे वास्ते मेहनत नहीं कम करती, उहदे वास्ते कोई सियाणप नहीं कम करती। दुनियावी पद्धर ते बड़िया सियाणपां ने, अध्यात्मक पद्धर ते कोई मेहनत नहीं कोई सियाणप नहीं। हाँ इहदा मतलब यह भी नहीं है कि असी मेहनत करनी ही नहीं, मेहनत करनी जरूरी है। जदों आपां गल करदे हां तां गुरु नानक साहब महाराज जी दे गोल्डन रूल्स दी, किरत करो सब तो पहला काम ही किरत करना, मेहनत करनी है। दूसरा अपना नाम जपो फिर अगे जाके वंड छको, किरत करनी है उस किरत नूं करके जो कुछ कमाया है वह वंडना है। काल खाए किच हथों दे नानक राह पछाणे से, उसने गुरु का राह पछाण लिया, जिसने पहले मेहनत की उस मेहनत को कमा के मेहनत के नाल कमा के फिर जिहड़े लोड़वंद ने उहदे विचों दसवंद कढ के उन्हां लोड़वंदां दा कम सारिया। जिसने यह कुछ किया उसने गुरु का राह पछाण लिया, गुरु के राह नूं समझ लिया। यह मेहनत करनी है प्राप्ति होएगी, पर यह साढ़े कोल ताही होएगा जदों असीं सेवा विच आ, जदों असीं निम्रता दे नाल सेवा कर रहे हां। जदों होमे आ गई, बड़ा वड्डा काम है होमे आने, सानूं पता ही नहीं लगता। मैं गुरमत कॉलेज का ही विद्यार्थी रहा सन 2000 तो लैके 2002 तक, डॉक्टर शमशेर सिंह जी साढ़े कोल पढ़ा लाते सन पटियाले तो, ते होमे की गल चल रही थी, विषय तो हट के आ गल, पर कहिंदे जिहड़ा आपां गल करदे ना होमे की एक बड़ी सूक्ष्म होमे है जिहड़ी सानूं नहीं पता लगता कि कदों आ गई साढ़े। जदों असीं कहिंदे ना कि मैं ये कुछ नहीं करता, मैं तो माया का ध्यान ही नहीं करता जी, मैं तो सब कुछ बच्चों के हवाले करता, कहिंदे जदों ये वाली गल ना ये भी होमे की निशानी है, ये भी होमे की निशानी, तुहानूं पता ही नहीं लगता तुहानूं होमे कदों चंबड़ जांदी है। तो सेवा करदे आ भी ये अवस्था बन जाती है कि देखो जी मैं कर रहा और कोई नहीं कर सकता, या जो मैं कर दिता वो और कोई नहीं कर सकता। इस गल तो असी बचना है, ये गल सानू गुरु तो दूर लैके जाती है। जो असी कुछ कर रहे हैं जे कितने कुछ सेवा करन दा सानू मौका मिलया है, असी सेवा कीती है या कर रहे हैं या करनी है, तो असी यही गल कहनी है कि ये पातशाह आप करवा रहे, सा सेवा कीती सफल है, जित सतगुर का मन मने गुरु का मन मन रहा है, पातशाह आप करवा रहे ने और पातशाह ने सेवा करवाइया ने। पातशाह जब आप हमने गल कर रहे हैं कि पातशाह की खुशी पातशाह की बख्शिश पातशाह की नजर यह मिलती है, कदों मिलती है तुसी पंज खंडा नूं पढ़ लो विस्तार दे विच। पंज खंडा दे विच पहला खंड है धर्म खंड, उहदे विच सानूं जानकारी मिलदी कि असीं इत्थे करना की, साडा फर्ज की है, धर्म का इत्थे अर्थ है फर्ज, असीं दुनिया विच आए हां साडा फर्ज की है। दूसरा खंड है ज्ञान, जदों सानूं पता लगा साडा फर्ज की है असीं ज्ञान की प्राप्ति आरंभ की, सानूं ज्ञान मिल गया बड़ा कुछ पता लग गया, फिर अगे असीं मेहनत करनी आरंभ करती। शर्म खंड, शर्म का आखिरी अर्थ है मेहनत, इस शर्म खंड दे विच असीं अपनी घाट नूं घड़िया,
अपने अंदरले गुणा नूं होर वधिया तरीके नाल स्थापित किया तिथे घड़िया सुरत मत मन बुद्ध तिथे घड़िया सुरां सिद्धां की सुरत इस मेहनत तो बाद कामयाबी तो बाद फिर पातशाह की कृपा दे बख्शिश दे पात्र बन गए करम खंड। करम दा मतलब बख्शिश, करम दा एक मतलब करम भी कम भी होता है कम करने वाला, पर इत्थे बख्शिश है। ते फिर जो करम खंड हो गए बख्शिश मिल गई तो इत्थे ही इसे पौड़ी विच खंड पंज ने पर पौड़ियां चार ने, इत्थे जिथे परमात्मा की बख्शिश मिल गई गुरु की बख्शिश मिल गई इत्थे ही सच खंड है इसे पौड़ी दे विच। तो असी गुरु की बख्शिश के पात्र बनना है, गुरु की बख्शिश नूं लैणा है, ते गुरु की बख्शिश नूं लैण दे लई उन्हां गुणां नूं धारण करना है जिहड़े गुण सानूं गुरु साहब ने दसे ने, किते हौमे नूं धारण करके उन्हां तों अपने आप नूं दूर नहीं कर लेना, निम्रता दे विच रह के, क्योंकि निम्रता एक ऐसा गुण है। कहिंदे ना जदों किसे पेड़ दे उपर बहुत ज़्यादा फल लग जाण ना उह झुक जांदा है उठता नहीं, इसे तरह जे कितने बहुते गुण प्राप्त हो जाण तां भी व्यक्ति ने निम्र रहना है। यह नहीं कि हुण गुण ज्यादा आ गए तो मैं फुल जावां मैं हौमे विच आ जावां, नहीं, उस पेड़ तो उस दरखत तो सीखिए जिहड़ा ज्यादा फल होने के बावजूद भी झुक जाता है। सो असी अज दे इस विषय की गल करदे हां कि अपने तन मन ते धन नूं गुरु का समझद्या हो गुरु के अगे अर्पण करिए, जदों अपना मन ही अपना नहीं रहा तो फिर होमे का ही रह जाए। जो अपना मन ही गुरु के हवाले कर दिता, तन मन धन सब सौंप गुर को हुक्म मने पाइए गुरु के हवाले कर दईए, अपने आप को गुरु के हवाले कर दईए। जो अपने आप को गुरु के हवाले करांगे आप साडा अपना आप जिहड़ा है जिन्हों आप होमे की निशानी में समझते हैं अपने आप को कितने वखरा समझ देंगे तो वह अवस्था नहीं बनती। जो अपना आप गुरु के हवाले कर देंगे तो फिर गुरु की खुशी के पात्र बनेंगे, गुरु की कृपा के पात्र बनेंगे। पातशाह कहते हैं धन गुरु अमरदास महाराज, सो सेवक हर आखी है जो हर रख है उड़तार। उड़तार का मतलब है, उड़ता मतलब होंगे हिरदा, जिसने परमात्मा के नाम को अपने हिरदे में टिका लिया वह सेवक आखण का हकदार है। मन तन सौंपै आगे तरै होमै विचों बार, अपना मन अपना तन गुरु के हवाले कर देवे ते अपनी होमै नूं विचों मार देवे वह सेवक मनिया जांदा है, वह सेवक आखिया जा सकता है। ते अज दे इस विषय दे विच आपां जदों सेवा की गल कर रहे हैं, सेवा दे नाल जुड़ के अपनी होमे नूं खत्म करके निम्रता लिया के असी गुरु की खुशी के पात्र बनांगे। अज दे इस विषय दे विच यही विचारां आपां इस नूं होर भी आने वाले समय में कितने समझण दा यतन कर सकते हैं। गुरु साहब कृपा करन साडे ते ऐसी एक कृपा करन कि साडे अंदरों साडे होमे दा नास होवे ते असी सचमुच एक सेवक बन सकीए। वाहिगुरु जी का खालसा, वाहिगुरु जी। वाहिगुरु जी का खालसा, वाहिगुरु जी की फतेह। बहुत बहुत धन्यवाद वीर हरपाल सिंह जी का जिन्होंने सेवा के विषय से सानू सारे जाणू कराया। इत्थे मैं एक छोटी जी गल जरूर एड ऑन करना चाहवागा, असी सारे अपने अपने समय के उत्ते स्कूल और कॉलेज के विच गए हैं। आप सारे शायद इस गल दे नाल मेरे नाल सहमत हो गए, स्कूल ते कॉलेज दे विच जदों जाईदा सी असी लैबोरेटरी दे विच जाईदा सी, असी एक्सपैरिमेंट करी दे सी, उत्थे जो एक्सपैरिमेंट करके जो आविष्कार किए जाते सी, या अगर एक डॉक्टर कॉलेज दे विच जाके डॉक्टर बनिया है या इंजीनियर कॉलेज दे विच जाके इंजीनियर बनिया है, कि तुसी देखिया है कि उन्हें पुल अपने कॉलेज दे विच बनाए हो? इज इट पॉसीबल कि एक डॉक्टर कॉलेज दे विच जाके डॉक्टर बनिया है तो उन्हें अपने जिहड़े ऑपरेशन सी ओह कॉलेज दे विच कीते हो? नहीं, हमेशा कॉलेज और स्कूल दे विच सिखिया जांदा है और एक्सपैरिमेंट कित्थे कित्थे जांदे ने जी, सोसाइटी दे विच जाके पब्लिक दे विच जाके। मगर हुंदा की है, असी मंदिर गुरुद्वारे तो या मस्जिद तो सेवा का कंसैप्ट ते सीखने आ,
ਅਸੀਂ ਸੇਵਾ ਵੀ ਉੱਥੇ ਹੀ ਕਰਨ ਲੱਗ ਜਾਂਦੇ ਹਾਂ। ਅਸੀਂ ਪੱਥਰ ਧੋ ਦਿੱਤੇ, ਪਰਸ਼ ਧੋ ਦਿੱਤੇ, ਸਿਰਫ ਲੰਗਰ ਦੀ ਸੇਵਾ ਕਰ ਲਈ। ਇਹ ਸਾਡੀ ਲੈਬੋਰਟਰੀ ਸੀ ਜਿੱਥੋਂ ਅਸੀਂ ਸਿੱਖ ਰਹੇ ਸੀ। ਇਹਨੂੰ ਇੰਪਲੀਮੈਂਟ ਕਿੱਥੇ ਕਰਨਾ ਸੀ? ਸੋਸਾਇਟੀ ਦੇ ਵਿੱਚ। ਜਿਵੇਂ ਕਿ ਹਰਭਾਲਵੀ ਜੀ ਨੇ ਦੱਸਿਆ, ਖਾਲਸਾ ਏਡ, ਅਕਾਲ ਏਡ, ਇਹੋ ਜਿਹੀ ਬੜੀਆਂ ਸਾਰੀਆਂ ਸੰਸਥਾਵਾਂ ਸਾਡੇ ਨਾਲ ਹੁਣ ਖੜੀਆਂ ਹੋ ਗਈਆਂ ਨੇ, ਜੋ ਹੱਥ ਦੇ ਕੇ ਸਮਾਜ ਦੇ ਵਿੱਚ ਅੱਜ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਗਰ ਬਹੁਤ ਲੋੜ ਹੈ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸਮਝਣ ਦੀ। ਅਗਰ ਤੁਹਾਡੇ ਵਿੱਚ ਜੋ ਵੀ ਕੁਆਲਿਟੀਜ਼ ਨੇ, ਤੁਸੀਂ ਇੱਕ ਅੱਛੇ ਟੀਚਰ ਹੋ, ਮੈਂ ਤਾਂ ਕਹਿੰਦਾ ਕਿ ਤੁਸੀਂ ਕਾਲਜ ਗੋਇੰਗ ਸਟੂਡੈਂਟ ਹੋ, ਤੁਸੀਂ ਹੁਣੇ ਪਿੱਛੇ 12th ਔਰ ਫਸਟ ਈਅਰ ਕੰਪਲੀਟ ਕੀਤਾ, ਤੁਸੀਂ ਆਪਣੇ ਏਰੀਏ ਦੇ ਬੱਚਿਆਂ ਦੇ ਵਿੱਚ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਪੜ੍ਹਾ ਸਕਦੇ ਹੋ। ਸਲਮ ਏਰੀਆਜ਼ ਨੇ ਸਾਡੇ ਆਸ ਪਾਸ ਦੇਖਣ ਨੂੰ ਮਿਲਦੇ ਨੇ। ਗੁਰੂ ਨਾਨਕ ਸਾਹਿਬ ਦਾ ਤਾਂ ਸਿਧਾਂਤ ਇਹੀ ਸੀ, ਇਹੀ ਫਿਲੋਸਫੀ ਸੀ। ਗੁਰੂ ਨਾਨਕ ਸਾਹਿਬ ਦੇ ਟਾਈਮ 'ਤੇ ਕੋਈ ਸਿੱਖ ਹੀ ਨਹੀਂ ਸੀ। ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਦੇਖ ਕੇ ਲੋਕ ਸਿੱਖ ਬਣਨਾ ਸ਼ੁਰੂ ਹੋ ਗਏ ਸੀ। ਅਸੀਂ ਚਾਹ ਰਹੇ ਹਾਂ ਕਿ ਅਸੀਂ ਕੀਰਤਨ ਦੇ ਬਾਅਦ ਉਹ ਕਥਾ ਦੇ ਨਾਲ ਸਿੱਖ ਬਣਾ ਲਈਏ। ਔਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪੜ੍ਹਦੇ ਹਾਂ, ਅਤੇ ਗੁਰੂ ਗ੍ਰੰਥ ਸਾਹਿਬ 'ਤੇ ਕਹਿੰਦੇ ਨੇ ਕਿ ਤੂੰ ਅਗਰ ਇੱਕ ਹਿੰਦੂ ਹੈ, ਤੂੰ ਸੱਚਾ ਹਿੰਦੂ ਬਣ, ਤੂੰ ਮੁਸਲਮਾਨ ਹੈ, ਸੱਚਾ ਮੁਸਲਮਾਨ ਬਣ, ਅਸੀਂ ਤੇਰਾ ਧਰਮ ਪਰਿਵਰਤਨ ਨਹੀਂ ਕਰਾਉਣਾ, ਬਟ ਜਿਹੜੇ ਗੁਣ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਜਾਂ ਗੁਰੂ ਨਾਨਕ ਸਾਹਿਬ ਨੇ ਚਲਾਏ ਨੇ, ਤੂੰ ਉਹ ਗੁਣ ਧਾਰਨ ਕਰ ਲੈ, ਤੂੰ ਇੱਕ ਸੱਚਾ ਸਿੱਖ ਹੋ ਜਾਏਗਾ। ਅਸੀਂ ਕੋਈ ਧਰਮ ਨਹੀਂ ਚਲਾਉਣਾ ਹੈ। ਗੁਰੂ ਨਾਨਕ ਸਾਹਿਬ ਕੋਈ ਨਵਾਂ ਧਰਮ ਨਹੀਂ ਚਲਾਇਆ ਸੀ, ਬਟ ਅਸੀਂ ਅੱਜ ਇੱਕ ਆਪਣੇ ਆਪ ਨੂੰ ਪ੍ਰੂਵ ਕਰਨ 'ਤੇ ਲੱਗੇ ਹਾਂ ਕਿ ਅਸੀਂ ਇੱਕ ਨਵਾਂ ਧਰਮ ਹਾਂ। ਔਰ ਸੇਵਾ ਦਾ ਕੰਸੈਪਟ ਦਾ ਜਿਵੇਂ ਵੀਰ ਜੀ ਗੱਲ ਕਰ ਰਹੇ ਸੀ, ਇਤਿਹਾਸ ਦੇ ਵਿੱਚ ਮੈਂ ਦੇਖਾਂ ਜਦੋਂ ਨਵਾਬ ਕਪੂਰ ਸਿੰਘ ਜੀ ਨੂੰ ਨਵਾਬੀ ਦਿੱਤੀ ਜਾ ਰਹੀ ਹੈ ਨਾ, ਸੈਲਿਊਟ ਕਰਨਾ ਉਸ ਨਵਾਬੀ ਦੇ ਉੱਤੇ ਵੀ, ਕਿ ਕਪੂਰ ਸਿੰਘ ਜੀ ਦਾ ਕਹਿਣਾ ਹੈ ਕਿ ਨਵਾਬੀ 'ਤੇ ਮੈਨੂੰ ਜਿਹੜੀ ਸੇਵਾ ਤੁਸੀਂ ਬਖਸ਼ ਰਹੇ ਹੋ ਮੈਂ ਨਿਭਾ ਲਾਂਗਾ, ਬਟ ਜਦੋਂ ਘੋੜੇ ਦੀ ਲਿੱਧ ਸਾਫ਼ ਕਰਨ ਦੀ ਜਿਹੜੀ ਸੇਵਾ ਹੈ ਨਾ, ਉਹ ਮੇਰੇ ਕੋਲ ਨਾ ਖੋ ਲੈਣ। ਅੱਜ ਤੇ ਸਾਡੇ ਵਿੱਚੋਂ ਮੇਰੇ ਜੈਸੇ ਨੂੰ ਸਟੇਜ ਮਿਲ ਜਾਏ ਤੇ ਮੈਂ ਕਹਿੰਦਾ ਜੀ ਮੈਨੂੰ ਹੁਣ ਇਹ ਗਰਾਊਂਡ ਦੀ ਸੇਵਾਵਾਂ ਕਰਨੀਆਂ ਕਿਉਂ ਨੇ? ਰਿਕੁਐਸਟ ਹੈ ਸੇਵਾ ਦੇ ਕੰਸੈਪਟ ਦੇ ਵਿੱਚ, ਜੋ ਅਸੀਂ ਆਪਣੇ ਕਾਲਜ ਸਕੂਲ ਦੇ ਵਿੱਚ ਉਹ ਸਿੱਖਦੇ ਹਾਂ, ਸੇਵਾ ਦਾ ਕੰਸੈਪਟ ਸਾਨੂੰ ਸਿਖਾਇਆ ਜਾਂਦਾ, ਸਮਾਜ ਦੇ ਵਿੱਚ ਜਾ ਕੇ ਸੇਵਾ ਕਰਨਾ ਸ਼ੁਰੂ ਕਰੀਏ। ਗੁਰੂ ਨਾਨਕ ਸਾਹਿਬ ਦੇ ਸਰੂਪ ਨੂੰ, ਇਤਿਹਾਸ ਨੂੰ ਦੁਬਾਰਾ ਤੋਂ ਪੜ੍ਹਨਾ ਪਏਗਾ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸਮਝਣਾ ਪਏਗਾ। ਜਿਸ ਦਿਨ ਅਸੀਂ ਉਹਨੂੰ ਸਮਝ ਗਏ, ਸੇਵਾ ਦਾ ਸਹੀ ਸਰੂਪ ਸਾਡੇ ਹੱਥ ਲੱਗ ਜਾਏਗਾ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਅੱਜ ਪਹਿਲੇ ਲੈਕਚਰ ਦੀ ਸਮਾਪਤੀ ਇੱਥੇ ਕਰਨ ਦੀ ਆਪ ਜੀ ਕੋਲੋਂ ਇਜਾਜ਼ਤ ਚਾਹੁੰਦਾ। ਅੱਜ ਚਾਹ ਦਾ ਲੰਗਰ ਬਾਹਰ ਹੀ ਜਿਵੇਂ ਪਹਿਲੇ ਹੁੰਦਾ ਸੀ, ਬਿਲਕੁਲ ਬਾਹਰ ਹੀ ਅਵੇਲੇਬਲ ਹੈ। ਲੰਗਰ ਵਾਸਤੇ ਜਦੋਂ ਸੈਕਿੰਡ ਲੈਕਚਰ ਤੋਂ ਬਾਅਦ ਲੰਗਰ ਹੋਏਗਾ, ਅਸੀਂ ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ਜਾਣਾ ਹੈ ਲੰਗਰ ਹਾਲ ਵੱਲ, ਉੱਥੇ ਲੰਗਰ ਅੱਜ ਰਹੇਗਾ। ਅਤੇ ਐਸੇ ਸ਼ਬਦਾਂ ਨਾਲ ਮੈਂ ਆਪ ਜੀ ਕੋਲੋਂ ਮਾਫ਼ੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।